ਇਹੀ ਫੈਸਲਾ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਵਾਨ ਜ਼ਬਤ ਹੋ ਗਈ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ। ਕੈਂਡੀਡੇਟਾਂ ਦੀ ਕਈ ਵਾਰ ਜਵਾਨ ਜ਼ਬਤ ਹੋ ਜਾਂਦੀ ਹੈ, ਪਰ ਪਾਰਟੀ ਦੀ ਪਹਿਲੀ ਵਾਰੀ ਹੋਈ ਹੈ। ਉਹ ਤਾਂ ਸਾਰੇ ਲੋਕ ਹੀ ਕਹਿ ਰਹੇ ਨੇ ਨਾ, ਕਿਉਂਕਿ ਉਹ ਤਿੰਨ ਚਾਰ ਚਾਰ ਇਲੈਕਸ਼ਨ ਹੋ ਗਏ ਆ, ਅਸੀਂ ਥੱਲੇ ਥੱਲੇ ਜਾ ਰਹੇ ਹਾਂ, ਥੱਲੇ ਥੱਲੇ ਜਾ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਗੱਲ ਕਰਦੇ ਹਾਂ ਤਾਂ ਅਸੀਂ ਵਿਸ਼ੇ ਪੀਸਾਂ ਬਾਦਲ ਹੋਰਾਂ ਨੂੰ ਅਪੀਲ ਕੀਤੀ ਆ ਵੀ ਪਾਰਟੀ ਨੂੰ ਬਣਾਉਣ ਨਾ, ਪਾਰਟੀ ਨੂੰ ਤੋੜਨ ਨਾ, ਪਾਰਟੀ ਨੂੰ ਜੋੜਨ ਦਾ ਕੰਮ ਕਰ। ਜਿਹੜੀ ਲੋਕਾਂ ਦੀ ਭਾਵਨਾ, ਲੋਕਾਂ ਦੀ ਇੱਛਾ ਵੀ ਤਿਆਗ ਦਿਖਾ ਦੇਣਾ ਚਾਹੀਦਾ ਸਰਸਪੀਕਰ ਬਾਦਲ ਹੋਰਾਂ ਨੂੰ। ਲੰਬਾ ਸਮਾਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ, ਜੇ ਇੰਨਾ ਨਜ਼ਾਰ ਆਇਆ ਕੌਮ ਚ ਤੇ ਉਹਨਾਂ ਨੂੰ ਆਪ ਹੀ ਕੌਮ ਤੇ ਤਰਸ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਬਗਾਵਤ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਦਰਜੋ ਤੋਂ ਵੱਧ ਜਿਹੜੇ ਵੱਡੇ ਲੀਡਰ ਨੇ ਉਹ ਬਗਾਵਤ ਕਰਦੇ ਨਜ਼ਰ ਆ ਰਹੇ ਨੇ, ਯਾਨੀ ਕਿ ਕਹਿ ਸਕਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਮੰਗਦੇ ਨਜ਼ਰ ਆ ਰਹੇ ਨੇ, ਅਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜੀ ਆ ਅਲੱਗ ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਇਹ ਵੀ ਅਸੀਂ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜ਼ਿਕਰ ਕਰਾਂਗੇ। ਮੇਰੇ ਨਾਲ ਜ਼ਿਕਰ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣਾ ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਗਾਵਤ ਆ ਹੁਣ ਵੱਧ ਗਈ ਹੈ, ਕਹਿੰਦੇ ਵੱਡੇ ਲੀਡਰ ਵੀ ਸਾਹਮਣੇ ਆ ਗਏ, ਜਿਹੜੇ ਨਹੀਂ ਬੋਲਦੇ ਸੀ ਉਹ ਵੀ ਹੁਣ ਬੋਲਣ ਲੱਗ ਗਏ, ਹੁਣ ਬਗਾਵਤ ਦੇ ਵਿੱਚ ਕੀ ਲੱਗਿਆ, ਕੀ ਕੁਛ ਆਇਆ ਸਾਹਮਣੇ? ਤੁਹਾਡੇ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਇੱਕ ਲੀਡਰ ਨੇ ਕਿਹਾ ਸੀਗਾ, ਚਰਨਜੀਤ ਸਿੰਘ ਬਰਾੜ ਨੇ, ਉਹ ਕਹਿੰਦਾ ਹੁਣ ਉਹ ਸਮਾਂ ਨਹੀਂ ਆ ਕਿ ਅੰਦਰ ਬੈਠ ਕੇ ਅਸੀਂ ਬਿਆਨ ਦੇਈਏ, ਅੰਦਰ ਬੈਠ ਕੇ ਸਲਾਹਾਂ ਦੇਈਏ ਲੀਡਰਾਂ ਨੂੰ ਵੀ ਐਵੇਂ ਕਰਨਾ ਚਾਹੀਦਾ, ਐਵੇਂ ਹੋਣਾ ਚਾਹੀਦਾ। ਉਹ ਕਹਿੰਦਾ ਹੁਣ ਅੰਦਰੋਂ ਬਾਹਰ ਨਿਕਲ ਜਾਓ, ਮੈਦਾਨ 'ਚ ਆ ਜਾਓ, ਮੈਦਾਨ 'ਚ ਆ ਗਏ। ਅੱਜ ਸ਼ਾਇਦ ਚਰਨਜੀਤ ਸਿੰਘ ਬਰਾੜ ਦੀ ਮੰਨ ਕੇ ਸਾਰੇ ਲੀਡਰ ਮੈਦਾਨ 'ਚ ਆ ਗਏ ਤੇ ਬਿਲਕੁਲ ਸਾਹਮਣੇ ਸੁਖਬੀਰ ਬਾਦਲ ਤੋਂ ਅਸਤੀਫਾ ਮੰਗ ਲਿਆ ਉਹਨਾਂ ਨੇ, ਤੇ ਇਹ ਵੀ ਦੱਸਦਾ ਕਿ ਨਾਲ ਕੌਣ ਹੈ ਤੇ ਬਾਗੀ ਕੌਣ ਹੈ। ਉਹ ਬਾਗੀ ਦਲ ਆਪਣੇ ਆਪ ਨੂੰ ਨਹੀਂ ਕਹਿੰਦਾ, ਉਹ ਕਹਿੰਦੇ ਵੀ ਅਕਾਲੀ ਦਲ ਅਸੀਂ ਹਾਂ, ਬਹੁ ਗਿਣਤੀ ਲੀਡਰ ਹੈ, ਅਸੀਂ ਅਕਾਲੀ ਦਲ ਹਾਂ। ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਵੀ ਅਕਾਲੀ ਦਲ ਸਾਡਾ, ਅਸੀਂ ਪ੍ਰਧਾਨ ਹੈ, ਸਾਡੇ ਨਾਲ 90% ਹਲਕਾ ਇੰਚਾਰਜ ਹੈ, ਸਾਡੇ ਨਾਲ 90% ਪੰਜਾਬ ਦੇ ਵੱਖ ਵੱਖ ਵਿੰਗਾਂ ਦੇ ਹਲਕਿਆਂ ਦੇ ਸ਼ਹਿਰੀ ਦੇ ਜਿਹੜੇ ਪ੍ਰਧਾਨ ਦੇ ਉਹ ਸਾਡੇ ਨਾਲ ਹੈ। ਹਲਕਾ ਇੰਚਾਰਜ ਨਾਲ ਮੀਟਿੰਗ ਕਰਕੇ ਸਪਸ਼ਟ ਕਰਤਾ ਵੀ ਸਾਡੇ ਨਾਲ ਦੋ ਮੀਟਿੰਗਾਂ ਅਕਾਲੀ ਦਲ ਦੀਆਂ ਚ ਪੈਰਲਲ ਹੋਈਆਂ, ਇੱਕ ਬਾਗੀਆਂ ਦੀ ਜਲੰਧਰ ਹੋਈ ਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਮੀਟਿੰਗ ਹੁੰਦੀ। ਅਕਸਰ ਪਹਿਲਾਂ ਕੀ ਹੁੰਦਾ ਹੈ ਕਿ ਜਾਂ ਤਾਂ ਪਾਰਟੀ ਦੀ ਮੀਟਿੰਗ ਹੁੰਦੀ ਹੈ ਤੇ ਜਿਹੜੇ ਬਾਗੀ ਹੈ ਉਹ ਬਾਅਦ ਚ ਮੀਟਿੰਗ ਕਰਦੇ ਆ, ਗੁਪਤ ਮੀਟਿੰਗ ਕਰਦੇ ਆ, ਠੀਕ ਹੈ। ਪਰ ਮੇਰੇ ਖਿਆਲ ਚ ਪਹਿਲੀ ਵਾਰ ਹੋਇਆ ਹੋਏਗਾ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਚ ਕਿ ਅਕਾਲੀ ਦਲ ਦੀਆਂ ਦੋ ਪੈਰਲਲ ਮੀਟਿੰਗਾਂ ਚੱਲ ਰਹੀਆਂ ਹੋਣ। ਇੱਕ ਲੀਡਰ ਮੀਟਿੰਗ ਦੇ ਵਿੱਚ ਪਾਰਟੀ ਦੇ ਪ੍ਰਧਾਨ, ਹਲਕਾ ਇੰਚਾਰਜ, ਬਿਲਕੁਲ, ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ, ਜਿਹੜੇ ਵੀ ਵੱਖ ਵੱਖ ਪੂਰੇ ਪੰਜਾਬ ਚੋਂ ਬੁਲਾਏ ਹੋਏ ਸੀਗੇ ਲੀਡਰ ਉਹ, ਤੇ ਦੂਜੇ ਪਾਸੇ ਜਿਹੜੀ ਬਾਗੀਆਂ ਦੀ ਮੀਟਿੰਗ ਹੈ ਉਹਦੇ ਵਿੱਚ 20 ਤੋਂ ਵੱਧ ਜਿਹੜੇ ਵੱਡੇ ਲੀਡਰ, ਅਕਾਲੀ ਦਲ ਦੇ ਨਾਮੀ ਚਿਹਰੇ, ਜਿਨ੍ਹਾਂ ਦਾ ਦੂਰੋਂ ਖੜੇ ਪਤਾ ਲੱਗ ਜਾਂਦਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੈ, ਉਹ ਉਸ ਮੀਟਿੰਗ 'ਚ
ਸ਼ਾਮਲ ਸੀ। ਰੁਪਾਣਾ ਜੀ ਜੇਕਰ ਗੱਲ ਕੀਤੀ ਜਾਵੇ ਜਿਹੜੀ ਬਾਗੀਆਂ ਦੀ ਮੀਟਿੰਗ ਹੋਈ ਹੈ, ਬੇਸ਼ੱਕ ਉਹ ਬਾਗੀ ਨਹੀਂ ਕਹਿ ਰਹੇ, ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਕਿਉਂਕਿ ਅਸੀਂ ਪਾਰਟੀ ਪ੍ਰਧਾਨ ਬਚਾਉਣਾ, ਬਿਲਕੁਲ ਕਹਿੰਦੇ ਪਾਰਟੀ ਬਚਾਉਣ ਦੇ ਲਈ ਜਿਹੜਾ ਅੱਜ ਸਾਰੇ ਇਕੱਠੇ ਹੋਏ ਆ, ਉਹਨਾਂ ਦੇ ਵਿੱਚੋਂ ਵੱਡੇ ਚਿਹਰੇ ਕਿਹੜੇ ਸੀ? ਥੋੜ੍ਹਾ ਦਰਸ਼ਕਾਂ ਨੂੰ ਦੱਸ ਦਿਓ ਵੀ ਆਹ ਵੱਡੇ ਚਿਹਰੇ ਜਿਹੜੇ ਹਰ ਵਾਰ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ, ਉਹਨਾਂ ਨੇ ਅੱਜ ਜਿਹੜਾ ਅਸਤੀਫਾ ਮੰਗਿਆ। ਦੇਖੋ ਗੱਲ ਇਹ ਹੈ ਅਮਰਜੀਤ, ਅਤੇ ਕਈ ਚਿਹਰੇ ਅਜਿਹੇ ਨੇ ਜਿਹੜੇ ਇੱਕ ਧੜੇ ਦੇ ਨਾਮ ਨਾਲ ਜਾਣੇ ਜਾਂਦੇ ਆ, ਠੀਕ ਹੈ, ਭਾਰਤੀ ਦੇ ਅਕਾਲੀ ਦਲ ਦੇ ਵਿੱਚ। ਹੁਣ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਸੁਖਦੇਵ ਸਿੰਘ ਢੀਂਡਸਾ ਧੜਾ, ਬਿਲਕੁਲ ਉਹ ਢੀਂਡਸਾ ਧੜਾ ਦੇ ਨਾਮ ਨਾਲ ਜਾਣੇ ਜਾਂਦੇ ਆ ਜਿਹੜਾ ਲਗਾਤਾਰ ਜਿਹੜਾ ਲਗਾਤਾਰ ਉਹਨਾਂ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਉਸ ਮੀਟਿੰਗ 'ਚ ਸ਼ਾਮਲ ਸੀ। ਬਿਲਕੁਲ ਉਸ ਤੋਂ ਅੱਗੇ ਆ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਬਰਨਾਲਾ ਧੜਾ, ਉਹਦਾ ਜੋ ਗਗਨਜੀਤ ਸਿੰਘ ਬਰਨਾਲਾ ਮੀਟਿੰਗ ਸੀਗੇ, ਮਨਪ੍ਰੀਤ ਸਿੰਘ ਐਲੀ ਜਿਨ੍ਹਾਂ ਨੇ ਚਿੱਠੀ ਲਿਖੀ ਸੀ, ਉਹ ਮੀਟਿੰਗ 'ਚ ਹਾਜ਼ਰ ਸੀ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਿਲਕੁਲ ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਨਹੀਂ ਪਰ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਚੋਂ ਹਟਾਇਆ ਸੀ। ਤਲਵੰਡੀ ਪਰਿਵਾਰ ਉਹ ਮੀਟਿੰਗ ਦੇ ਵਿੱਚ ਸੀ, ਕੈਰੋਂ ਜਿਹੜਾ ਧੜਾ ਉਹ ਮੀਟਿੰਗ ਸੀ, ਇਸੇ ਤਰ੍ਹਾਂ ਵਡਾਲਾ ਧੜਾ ਉਹ ਮੀਟਿੰਗ ਦੇ ਵਿੱਚ ਸੀ, ਮਾਸਟਰ ਤਾਰਾ ਸਿੰਘ ਉਹ ਧੜਾ ਮੀਟਿੰਗ ਦੇ ਵਿੱਚ ਸੀ, ਇਸੇ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਉਹ ਵੀ ਆਮ ਆਦਮੀ ਪਾਰਟੀ ਸੀ ਪਹਿਲਾਂ, ਫਿਰ ਅਕਾਲੀ ਦਲ ਸੀਗੇ, ਅਕਾਲੀ ਦਲ ਦੇ ਲੀਡਰ ਨੇ ਵੱਡੇ, ਉਹ ਵੀ ਪਰਮਜੀਤ ਕੌਰ ਲਾਂਡਰਾਂ ਉਹ ਵੀ ਅਕਾਲੀ ਦਲ, ਹਾਂ ਅਕਾਲੀ ਦਲ ਉਹ ਵੀ ਅਕਾਲੀ ਦਲ ਦਾ ਵੱਡਾ ਚਿਹਰਾ ਨੇ, ਮੀਟਿੰਗ ਸੀ। ਕਿਰਨਜੀਤ ਕੌਰ ਉਹ ਵੀ ਮੀਟਿੰਗ ਸੀਗੇ, ਸਰਵਣ ਸਿੰਘ ਫਲੌਰ, ਚਰਨਜੀਤ ਸਿੰਘ ਬਰਾੜ, ਬਿਲਕੁਲ ਸਮੇਤ ਤਮਾਮ ਵੱਡੇ ਲੀਡਰ ਉਹ ਜਿਹੜੇ ਇਸ ਮੀਟਿੰਗ ਦੇ ਵਿੱਚ ਬਾਗੀ ਧੜੇ ਦੀ ਜਿਹੜੀ ਮੀਟਿੰਗ ਸੀ ਉਹਦੇ 'ਚ ਹਾਜ਼ਰ ਸੀ। ਸਾਰਿਆਂ ਨੇ ਲਗਭਗ 5 ਘੰਟੇ ਮੀਟਿੰਗ ਚੱਲੀ ਅਤੇ 5 ਘੰਟਿਆਂ ਬਾਅਦ ਉਹਨਾਂ ਨੇ ਮੀਡੀਆ 'ਤੇ ਸੰਬੋਧਨ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਲਿਆ। ਬਿਲਕੁਲ ਰੁਪਾਣਾ ਜੀ, ਮੈਨੂੰ ਲੱਗਦਾ ਵੀ ਆਪਾਂ ਜਿਹੜਾ ਕਿਸੇ ਇੱਕ ਲੀਡਰ ਦੇ ਨਾਲ ਪਹਿਲਾਂ ਗੱਲਬਾਤ ਕਰੀਏ ਕਿ ਉਹ ਜਿਹੜੀ ਮੀਟਿੰਗ ਹੈ ਬਾਗੀਆਂ ਨੇ ਕਿਉਂ ਰੱਖੀ ਸੀ, ਬੇਸ਼ੱਕ ਉਹ ਆਪਣੇ ਆਪ ਨੂੰ ਬਾਗੀ ਨਹੀਂ ਕਹਿ ਰਹੇ ਜਿਨ੍ਹਾਂ ਦੇ ਵਿੱਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪਹਿਲਾਂ ਵੀ ਜਿਹੜਾ ਜਦੋਂ ਉਹਨਾਂ ਨੇ ਚੋਣ ਹਾਰੀ ਹੈ ਨਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਅਸੀਂ ਧਾਰਮਿਕ ਜਿਹੜਾ ਇਸ਼ੂ ਹੈ ਉਹ ਨਹੀਂ ਕੈਚ ਕਰ ਸਕੇ, ਕਿਸਾਨੀ ਅੰਦੋਲਨ ਸੀ ਉਹ ਨਹੀਂ ਕੈਚ ਕਰ ਸਕੇ, ਉਹਨਾਂ ਨਾਲ ਗੱਲਬਾਤ ਕਰੀਏ ਵੀ ਬਾਕੀ ਮੰਗਾਂ ਕੀ। ਵੱਖ ਵੱਖ ਲੀਡਰਾਂ ਸਮੇਂ ਸਮੇਂ 'ਤੇ ਜਿਹੜੀ ਗੱਲ ਕਰਦੇ ਨੇ, ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲਬਾਤ ਕਰ। ਬਿਲਕੁਲ, ਸੋ ਬਿਲਕੁਲ ਇਸ ਸਮੇਂ ਦੀ ਵੱਡੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਜਲੰਧਰ ਵਿਖੇ ਜਿਹੜੀ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਜਿਹੜੇ ਟਕਸਾਲੀ ਜਿਹੜੇ ਲੀਡਰ ਨੇ ਉਹ ਸ਼ਾਮਲ ਹੋਏ ਨੇ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਇਸ ਸਮੇਂ ਜੁੜ ਚੁੱਕੇ ਨੇ। ਪ੍ਰੋਫੈਸਰ ਸਾਹਿਬ, ਕੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ, ਕਿਹੜੇ ਕਿਹੜੇ ਜਿਹੜੇ ਲੀਡਰ ਸਾਹਿਬਾਨ ਮੌਜੂਦ ਸਨ? ਇੱਥੇ ਤਾਂ ਬਹੁਤ ਵੱਡੀ ਗਿਣਤੀ 'ਚ ਲੀਡਰ ਆਏ ਸੀ, ਵਰਕਰ ਆਏ ਸੀ, ਜਿਹੜੇ ਮਤਲਬ ਜਿਹੜੇ ਸਵੇਰ ਗੰਭੀਰ ਨੇ ਅਕਾਲੀ ਦਲ ਨੂੰ ਬਚਾਇਆ ਕਿਹਾ ਜਾਵੇ, ਜਿਹੜਾ ਅਕਾਲੀ ਦਲ ਅਰਸ਼ ਤੋਂ ਫਰਸ਼ ਤੇ ਆ ਗਿਆ, ਕਿਹੜੀਆਂ ਖਾਮੀਆਂ, ਕਿਹੜੀਆਂ ਕਮੀਆਂ, ਕਿਹੜੀਆਂ ਕਿਤਾਈਆਂ ਰਹੀਆਂ ਨੇ, ਉਹਨਾਂ ਦੀ ਚਰਚਾ ਸਾਰੇ ਕਰਦੇ ਰਹੇ ਨੇ ਅੰਦਰ ਬੈਠ ਕੇ, ਤੇ ਉਹਦੇ ਬਚਾਅ ਦੇ ਤਰੀਕੇ, ਉਹਦੇ ਹੱਲ ਕੀ ਹੋ ਸਕਦੇ ਨੇ ਜੇ ਮੁੜ ਬੁਲੰਦੀਆਂ ਵੱਲ ਅਕਾਲੀ ਦਲ ਜਾਵੇ, ਉਹਦੇ ਵੀ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਆ, ਤੇ ਉਹਦੇ ਸੁਝਾਅ ਵੀ ਸਤਿ ਸ੍ਰੀ ਅਕਾਲ ਬਾਦਲ ਹੋਰਾਂ ਨੂੰ ਅਪੀਲ ਕੀਤੀ ਆ ਵੀ ਪਾਰਟੀ ਨੂੰ ਬਣਾਉਣ ਨਾ, ਪਾਰਟੀ ਨੂੰ ਤੋੜਨ ਨਾ, ਪਾਰਟੀ ਨੂੰ ਜੋੜਨ ਦਾ ਕੰਮ ਕਰਨ। ਪਾਰਟੀ ਅੱਜ ਬੜੇ ਸੰਕਟ ਚੋਂ ਆ, ਔਰ ਗੰਭੀਰ ਸੰਕਟ ਚੋਂ ਲੰਘ ਰਹੀ ਆ, ਐਸੇ ਸਮੇਂ ਸਿਰ ਜੋੜ ਕੇ ਬੈਠਣ ਦੀ ਲੋੜ ਆ, ਨਾ ਕਿ ਸਿਰ ਤੋੜ ਕੇ ਖੜਾ ਕੇ ਪਾਰਟੀ ਨੂੰ ਵਿਗਾੜ ਕੇ ਖੇਰੂ ਖੇਰੂ ਕਰਨ ਦੀ ਲੋੜ ਆ। ਸੋ ਐਸੇ ਸਮੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਪਹਿਲਾਂ ਤਾਂ ਜਿੰਨੀਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦੀ ਕੀਵਾਂ ਮੰਗ ਕੇ ਗੁਰੂ ਅੱਗੇ ਮਤਲਬ ਆਪਣੀ ਸਮਰਥ ਤੇ ਸਮਰਥਾ ਅੱਗੇ ਨੂੰ ਅਕਾਲੀ ਦਲ ਨੂੰ ਬੁਲੰਦੀਆਂ ਵੱਲ ਲਿਜਾਣ ਦੀ ਅਰਦਾਸ ਕਰਕੇ ਅਕਾਲੀ ਦਲ ਬਚਾਉਣ ਦੀ ਲਹਿਰ ਜਿਹੜੀ ਆ ਉਹਦਾ ਆਗਾਜ਼ ਕੀਤਾ ਜਾਵੇ। ਉਹਦੇ ਲਈ ਕੋਈ ਧਾਰਮਿਕ ਤੇ ਰਾਜਨੀਤਿਕ ਸੁਮੇਲ ਵਾਲੀ ਸ਼ਖਸੀਅਤ ਲੱਭੀ ਜਾਵੇ,
ਜਿਹੜੀ ਅਜੋਕੇ ਸਮੇਂ ਵਿੱਚ ਪਾਰਟੀ ਨੂੰ ਇਸ ਸੰਕਟ ਤੋਂ ਅਗਵਾਈ ਦੇ ਸਕੇ ਔਰ ਉਹਦੇ 'ਚ ਤਿਆਗ ਦੀ ਭਾਵਨਾ ਜਿਹੜੀ ਆ ਉਹਨੂੰ ਵੀ ਲੋਕ ਚੰਗਾ ਸਮਝਦੇ ਨੇ ਤੇ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਜਿਹੜੀ ਇੱਛਾ ਲੋਕਾਂ ਦੀ ਜਿਹੜੀ ਭਾਵਨਾ ਉਹਦੀ ਵੀ ਕਦਰ ਕਰਨ ਦੀ ਲੋੜ ਆ ਇਹ ਵੀ ਸਤਿ ਸ੍ਰੀ ਅਕਾਲ ਨੂੰ ਕੀ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਹਿੰਦੇ ਕਈ ਆਗੂਆਂ ਨੇ ਕਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਜਿਹੜਾ ਮੰਗਿਆ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਤੇ ਉਹਨਾਂ ਚੋਂ ਕਿਹੜੇ ਕਿਹੜੇ ਆਗੂ ਸਭਾ ਮੌਜੂਦ ਸੀ ਜਿਨ੍ਹਾਂ ਨੇ ਅਸਤੀਫਾ ਮੰਗਿਆ ਕੁੱਲ ਗੱਲ ਸਾਰਿਆਂ ਦੀ ਇਹੀ ਸੀ ਕਿ ਐਸੇ ਸਮੇਂ ਕੋਈ ਜਦੋਂ ਪਾਰਟੀ ਐਸੇ ਗੰਭੀਰ ਸੰਕਟ 'ਚ ਹੋਵੇ ਉਦੋਂ ਕੋਈ ਜਦੋਂ ਬੜੀਆਂ ਚੁਣੌਤੀਆਂ ਨੇ ਸਾਡੇ ਸਾਹਮਣੇ ਮਤਲਬ ਕਈ ਪੰਥ ਵਿਰੋਧੀ ਸ਼ਕਤੀਆਂ ਜਿਹੜੀਆਂ ਨੇ ਉਹ ਲਾਮਬੰਦ ਹੋਈਆਂ ਤੇ ਉਹਨਾਂ ਨੂੰ ਮਤਲਬ ਸ਼ਿਕਸਤ ਦੇਣ ਲਈ ਕੋਈ ਸਿਹਰਦ ਸੰਜੀਦਾ ਰਾਜਨੀਤਿਕ ਧਾਰਮਿਕ ਅਕਸ ਵਾਲੀ ਸ਼ਖਸੀਅਤ ਲੱਭੀ ਜਾਵੇ ਜਿਹੜੀ ਅਗਵਾਈ ਕਰ ਸਕੇ ਤੇ ਨਾਲ ਇਹ ਜ਼ਰੂਰ ਸਾਰਿਆਂ ਦੀ ਭਾਵਨਾ ਸੀ ਕਿ ਜਿਹੜੀ ਲੋਕਾਂ ਦੀ ਭਾਵਨਾ ਲੋਕਾਂ ਦੀ ਇੱਛਾ ਵੀ ਤਿਆਗ ਦਿਖਾ ਦੇਣਾ ਚਾਹੀਦਾ ਸਤਿ ਸ੍ਰੀ ਅਕਾਲ ਨੂੰ ਤੇ ਇਹਦੇ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਪ੍ਰੋਫੈਸਰ ਦਾ ਕਦੋਂ ਜਾ ਰਹੇ ਅਕਾਲ ਤਖ਼ਤ ਸਾਹਿਬ ਜਦੋਂ ਤੁਸੀਂ ਭੁੱਲ ਬਖਸ਼ਾਣ ਵਾਸਤੇ 1 ਜੁਲਾਈ ਨੂੰ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬਿਲਕੁਲ ਅਮਰਜੀਤ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਉਹ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪਿਛਲੀ ਵਾਰ ਵੀ ਆਪਾਂ ਕਾਫੀ ਵਾਰ ਇਸ 'ਤੇ ਚਰਚਾ ਕਰ ਚੁੱਕੇ ਹਾਂ ਇਸ ਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਲੀਡਰ ਨੇ ਜਿਹੜੇ ਬਾਗੀ ਲੀਡਰ ਬਾਗੀ ਧੜਾ ਹੁਣ ਕਹਿ ਸਕਦੇ ਹਾਂ ਤਾਂ ਉਹ ਇਹ ਕਹਿੰਦੇ ਨਜ਼ਰ ਆਏ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਥਿਰਕ ਗਿਆ ਆਪਣੇ ਸਿਧਾਂਤਾਂ 'ਤੇ ਹੁਣ ਪਹਿਰਾ ਨਹੀਂ ਦੇ ਰਿਹਾ ਜਿਸ ਕਰਕੇ ਸਾਡਾ ਗ੍ਰਾਫ ਦਿਨੋਂ ਦਿਨ ਹੇਠਾਂ ਦੀ ਕਿਰਪਾ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿਉਂਕਿ ਸਾਡੇ ਮਾਧਿਅਮ ਦੇ ਰਾਹੀਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਉਹਨਾਂ ਨੇ ਕਿਹਾ ਸੀ ਪਹਿਲਾਂ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਮਿਲ ਕੇ ਆਏ ਸੀ ਉਹਨਾਂ ਨੇ ਆਪਣੇ ਚੈਨਲ ਦੇ ਜ਼ਰੀਏ ਕਿਹਾ ਵੀ ਅਸੀਂ ਪਹਿਲਾਂ ਮਿਲ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਤੁਸੀਂ ਜਿਹੜਾ ਬਾਦਲ ਸਾਹਿਬ ਵੀ ਥੋੜ੍ਹਾ ਤੁਸੀਂ ਸਾਈਡ 'ਤੇ ਹੋ ਜਾਓ ਕਿਉਂਕਿ ਜੇਕਰ ਪਾਰਟੀ ਨੂੰ ਬਚਾਉਣਾ ਕਹਿੰਦਾ 2-3 ਵਾਰੀ ਅਸੀਂ ਇਹਨਾਂ ਨੂੰ ਗੱਲਾਂ ਬਾਤਾਂ ਕਰੀਆਂ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਪ੍ਰੋਪਰ ਜਿਹੜੀ ਆ ਉਹ ਹਾਂ ਨਹੀਂ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਜਿਹੜਾ ਮੰਥਨ ਕਰਾਂਗੇ ਇਸ ਤੋਂ ਉੱਪਰ ਕਹਿੰਦਾ ਜਦੋਂ ਇਹਨਾਂ ਨੇ ਕੋਈ ਵਿਚਾਰ ਨਹੀਂ ਕੀਤਾ ਫਿਰ ਆਖਰ ਹਾਰ ਕੇ ਸਾਨੂੰ ਜਿਹੜਾ ਇਹ ਇਕੱਠੇ ਹੋਣਾ ਪਿਆ ਸਾਨੂੰ ਬੁਲਾਉਣ ਦੀ ਕਿਸੇ ਨੂੰ ਲੋੜ ਨਹੀਂ ਪਈ ਕਈ ਲੀਡਰ ਜਿਹੜੇ ਵਾ ਸਾਰੇ ਲੀਡਰ ਹੈ ਪਹਿਲਾਂ ਸਾਰੇ ਲੀਡਰ ਅੰਦਰ ਹੋ ਕੇ ਗੁਪਤ ਤਰੀਕੇ ਨਾਲ ਅਸਤੀਫਾ ਮੰਗਦੇ ਸੀ ਕਈ ਲੀਡਰ ਠੀਕ ਹੈ ਕਿ ਗਏ ਆ ਜਾਂ ਨਹੀਂ ਗਏ ਤਾਂ ਹੁਣ ਕਿਸੇ ਨੂੰ ਨਹੀਂ ਪਤਾ ਪਰ ਉਹ ਕਹਿੰਦੇ ਨੇ ਕਿ ਅਸੀਂ ਗਏ ਸੀ ਹੁਣ ਇਸ ਤਰ੍ਹਾਂ ਆਪਾਂ ਗੱਲ ਇੱਕ ਵਾਰ ਦੁਬਾਰਾ ਗੱਲਬਾਤ ਕਰ ਲਈਏ ਜਿਹੜੇ ਪਾਰਟੀ ਲੀਡਰ ਸੁੱਚਾ ਸਿੰਘ ਛੋਟੇਪੁਰ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਤੇ ਵੀ ਸੁੱਚਾ ਸਿੰਘ ਛੋਟੇਪੁਰ ਕੀ ਕਹਿੰਦੇ ਨੇ ਤੋ ਸਾਡੇ ਨਾਲ ਜੁੜ ਚੁੱਕੇ ਨੇ ਜੋ ਸੁੱਚਾ ਸਿੰਘ ਛੋਟੇਪੁਰ ਨੇ ਟਕਸਾਲੀ ਲੀਡਰ ਨੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਬਾਕੀ ਲੀਡਰਾਂ ਨੇ ਕੀਤੀ ਉਹਨਾਂ ਨਾਲ ਸੀਗੇ ਛੋਟੇਪੁਰ ਸਾਹਿਬ ਤੁਹਾਡਾ ਚੜ੍ਹਦੇ ਕਲਾ ਟਾਈਮ ਟੀਵੀ ਦਾ ਸਵਾਗਤ ਹੈ ਜੀ ਧੰਨਵਾਦ ਜੀ ਅੱਛਾ ਮੀਟਿੰਗ ਦਾ ਫੈਸਲਾ ਕੀ ਹੋਇਆ ਛੋਟੇਪੁਰ ਸਾਹਿਬ ਅੱਜ ਮੀਟਿੰਗ ਦੇ ਵਿੱਚ ਇਹ ਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਵੀ ਸਾਰੇ ਚਿੰਤਤ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਡਾ ਵੱਡਾ ਗੌਰਵਮਈ ਇਤਿਹਾਸ ਸੀਗਾ ਜੀ ਅੱਜ ਸ਼੍ਰੋਮਣੀ ਕਮੇਟੀ ਫਰਸ਼ ਅਰਸ਼ ਤੋਂ ਫਰਸ਼ ਤੇ ਡਿੱਗ ਗਈ ਹੈ ਸ਼੍ਰੋਮਣੀ ਅਕਾਲੀ ਦਲ ਜੀ ਇਹਦੇ ਤੇ ਸਰਾ ਪੜਚੋਲ ਕੀਤੀ ਗਈ ਹੈ ਤੇ ਕਿਉਂ ਇਹ ਸਟੇਜ ਕਿਉਂ ਆਈ ਆ ਜੀ ਇਹਦੇ ਵਿੱਚ ਕਿੱਥੇ ਕਿੱਥੇ ਗਲਤੀਆਂ ਹੋਈਆਂ ਨੇ ਇਹ ਚ ਸੁਧਾਰ ਕਿਸ ਤਰ੍ਹਾਂ ਹੋ ਸਕਦਾ ਵਾ ਲੀਡਰਸ਼ਿਪ ਸਾਰੀਆਂ ਪਾਰਟੀਆਂ ਦੀ ਬਦਲਦੀਆਂ ਰਹਿੰਦੀਆਂ ਨੇ ਕੋਈ ਪਰਮਾਨੈਂਟ ਨਹੀਂ ਹੁੰਦੀ ਲੋਕ ਹੁੰਦੇ ਆ ਲੀਡਰ ਤੇ ਲੰਬਾ ਸਮਾਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਜੇ ਇੰਨਾ ਨਜ਼ਾਰ ਆਇਆ ਕੌਮ ਚ ਲੀਡਰ ਪੇਸ਼ ਹੋਣਗੇ ਉਹ ਵੇਖੋ ਜੀ ਜਿਹੜੇ ਬੰਦੇ ਉਹ ਨਾਲ ਸੀ ਨਾ ਸਰਕਾਰੀ ਵੇਲੇ
ਜਾਂ ਆਪਣੇ ਅਕਾਲ ਤਖ਼ਤ ਸੌਦੇ ਸਾਧ ਵੇਲੇ ਜੀ, ਉਹਨਾਂ ਨੇ ਉਹਨਾਂ ਲੋਕਾਂ ਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਵੀ ਵਿੱਚ ਸੀਗੇ ਜੀ, ਉਹ ਉਹਨਾਂ ਸਾਰਿਆਂ ਕਿਹਾ ਵੀ ਅਸੀਂ ਤਾਂ ਬਹੁਤ ਕੁਝ ਕਿਹਾ ਪਰ ਸਾਡੀ ਸੁਣੀ ਨਹੀਂ ਗਈ ਜੀ। ਤੇ ਉਹ ਲੋਕਾਂ ਕਿਹਾ ਵੀ ਜਿਹੜਾ ਬੰਦਾ ਜਿੰਨਾ ਕੁ ਉਹ ਆਪ ਮਹਿਸੂਸ ਕਰਦੇ ਸੀ ਵੀ ਅਸੀਂ ਵੀ ਇੰਨਾ ਕੁ ਸਾਡਾ ਤਾਂ ਕਸੂਰ ਹੈ ਹੀ ਆ ਨਾ, ਵੀ ਸਾਨੂੰ ਉਸ ਵੇਲੇ ਬੋਲਣਾ ਚਾਹੀਦਾ ਸੀ, ਆਹ ਦਾ ਨਾਰਾ ਮਾਰਨਾ ਚਾਹੀਦਾ ਸੀ, ਅਸੀਂ ਜਾ ਕੇ ਆਪ ਆਪਣਾ ਪਛਤਾਪ ਕਰਾਂਗੇ। ਲਾਸਟ ਸਵਾਲ ਇਹ ਹੈ ਕਿ ਕੀ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੱਕ ਗੱਲ ਪਹੁੰਚ ਗਈ ਤੁਹਾਡੀ, ਔਰ ਕਿੰਨੇ ਕੁ ਲੀਡਰ ਮੀਟਿੰਗ ਦੇ ਵਿੱਚ ਸੀਗੇ ਅੱਜ? ਮੀਟਿੰਗ ਦੇ ਵਿੱਚ ਜਨਤਾ ਤਾਂ ਬਹੁਤ ਸੀ, ਬਹੁਤ ਬਹੁਤ ਲੋਕ ਜੀ ਜੀ ਜੀ। ਤੇ ਫਿਰ ਸਮਰਥਨ ਸਾਰਿਆਂ ਨੇ ਦਿੱਤਾ ਤੁਹਾਨੂੰ? ਮੈਨੂੰ ਥੋੜਾ ਸਮਰਥਨ ਦੇਣਾ ਪਾਰਟੀ ਨੂੰ, ਹਾਲੀ ਇੱਥੇ ਕੋਈ ਬੰਦਾ ਥੋੜਾ ਇਲੈਕਟ ਕੀਤਾ ਜੀ ਜੀ। ਸਾਰਿਆਂ ਨੇ ਕਿਹਾ ਵੀ ਤਿਆਗ ਦੀ ਭਾਵਨਾ ਵਿਖਾਉਣੀ ਆ, ਸੇਵਾ ਕਰਨੀ ਆ, ਤੇ ਕੌਮ ਅਕਾਲੀ ਦਲ ਦਾ ਜਿਹੜਾ ਗੌਰਵ ਇਤਿਹਾਸ ਉਹਨੂੰ ਮੁੜ ਕੇ ਸੁਰਜੀਤ ਕਰਨਾ, ਕਿਉਂਕਿ ਅੱਜ ਤਾਂ ਬਹੁਤ ਥੱਲੇ ਚਲਾ ਗਿਆ। ਠੀਕ ਹੈ, ਠੀਕ ਹੈ, ਧੰਨਵਾਦ ਧੰਨਵਾਦ ਛੋਟੇ ਦੋਸਤ, ਧੰਨਵਾਦ। ਜਮਾਨਤਾਂ ਜਦ ਹੋ ਗਈਆਂ। ਠੀਕ ਹੈ ਜੀ, ਧੰਨਵਾਦ ਧੰਨਵਾਦ ਛੋਟੇ ਦੋਸਤ, ਧੰਨਵਾਦ। ਬਿਲਕੁਲ, ਸੁੱਚਾ ਸਿੰਘ ਛੋਟੇਪੁਰੇ ਕਹਿੰਦੇ ਨੇ ਵੀ ਪਾਰਟੀ ਨੂੰ ਬਚਾਉਣਾ ਜ਼ਰੂਰੀ ਹੈ, ਬਿਲਕੁਲ, ਪਾਰਟੀ ਨੂੰ ਸਿਧਾਂਤਾਂ ਤੇ ਖੜਾ ਕਰਨਾ ਜ਼ਰੂਰੀ ਹੈ, ਤੇ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਫਿਰ ਕੋਈ ਠੋਸ ਫੈਸਲੇ ਆ ਜਿਹੜੇ ਉਹ ਲੈਣੇ ਪੈਣਗੇ, ਇਹ ਹਰ ਲੀਡਰ ਕਹਿ ਰਿਹਾ। ਹੁਣ ਅਕਾਲੀ ਦਲ ਵੀ ਇਹੀ ਕਹਿ ਰਿਹਾ, ਜਿਹੜਾ ਸੁਖਬੀਰ ਸਿੰਘ ਬਾਦਲ ਜਿਹੜਾ ਅਕਾਲੀ ਦਲ ਹੈ, ਦੇਖੋ ਅੱਜ ਦੀ ਤਰੀਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹੈ, ਉਹਨਾਂ ਦੇ ਨਾਲ ਬਹੁ ਗਿਣਤੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਖੜੀ ਹੈ, ਤਾਂ ਇਸ ਕਰਕੇ ਉਹਨਾਂ ਨੂੰ ਅਕਾਲੀ ਦਲ ਹੀ ਕਿਹਾ ਜਾਏਗਾ। ਰੁਪਾਣਾ ਜੀ, ਕਿਸ ਤਰ੍ਹਾਂ ਗੱਲ ਕੀਤੀ ਜਾਵੇ, ਜਿਹੜੇ ਵੱਡੇ ਚਿਹਰੇ ਨੇ ਜਾਂ ਵੱਡੇ ਦਰਜਨ ਤੋਂ ਵੱਧ ਲੀਡਰ ਨੇ, ਇਹਨਾਂ ਨੇ ਸਾਰਿਆਂ ਨੇ ਇਲੈਕਸ਼ਨ ਲੜੀ ਹੈ, ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਆਪਣੇ ਹਲਕਿਆਂ ਦੇ ਜਿਹੜਾ ਵੱਖ ਵੱਖ ਹਲਕਿਆਂ ਦੇ ਬੰਦੇ ਬੁਲਾਏ ਨੇ, ਜਿਨ੍ਹਾਂ ਦੇ ਵਿੱਚੋਂ ਕੋਈ ਸ਼ਹਿਰੀ ਪ੍ਰਧਾਨ ਹੈ, ਕੋਈ ਹਲਕਾ ਇੰਚਾਰਜ ਹੈ, ਕੋਈ ਪੰਚ ਰਿਹਾ, ਕੋਈ ਸਰਪੰਚ ਰਿਹਾ, ਤੁਹਾਨੂੰ ਕੀ ਲੱਗਦਾ ਨਹੀਂ ਕਿ ਇਹ ਜਿਹੜੇ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ, ਜੇਕਰ ਉਹ ਅਕਾਲੀ ਦਲ ਤੋਂ ਬਾਗੀ ਹੋ ਜਾਂਦੇ ਨੇ, ਆਪਣੇ ਧੜੇ ਦੇ ਬਣਾ ਲੈਂਦੇ ਨੇ, ਬੇਸ਼ੱਕ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਜਿਹੜਾ ਮਾਫ਼ੀ ਮੰਗਾਂਗੇ ਵੀ ਸਾਡੇ ਤੋਂ ਜਿਹੜੀਆਂ ਭੁੱਲਾਂ ਹੋਈਆਂ ਨੇ, ਕਿ ਤੁਹਾਨੂੰ ਲੱਗਦਾ ਹੈ ਵੀ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਨਾਲ ਜੁੜ ਸਕਣਗੇ? ਦੇਖੋ ਅਮਰਜੀਤ, ਗੱਲ ਇਹ ਆ ਕਿ ਇਸ 'ਤੇ ਵੀ ਆਪਾਂ ਲੰਬੀ ਚਰਚਾ ਕਰਨੀ ਹੈ ਵੀ ਅਕਾਲ ਤਖ਼ਤ ਸਾਹਿਬ ਕੌਣ ਅਤੇ ਕਦੋਂ ਜਾ ਰਿਹਾ, ਬਿਲਕੁਲ, ਅਤੇ ਇਹ ਵੀ ਗੱਲ ਕਰਾਂਗੇ ਕਿ ਅਕਾਲੀ ਦਲ ਪਹਿਲਾਂ ਕੀ ਸੀ ਅਤੇ ਹੁਣ ਅਕਾਲੀ ਦਲ ਕੀ ਹੈ, ਅਕਾਲੀ ਦਲ ਸ਼ੁਰੂ ਕਿੱਥੋਂ ਹੋਇਆ ਸੀ, ਬਾਗੀ ਕੀ ਕਹਿੰਦੇ ਆ, ਅਤੇ ਜਿਹੜਾ ਤੁਹਾਡਾ ਇਹ ਵੀ ਕਹਿੰਦੇ ਆ। ਆਪਾਂ ਨੂੰ ਜ਼ਿਆਦਾਤਰ ਜਿਹੜੀ ਖਾਸ ਕਰਕੇ ਆਪਾਂ ਲੀਡਰਾਂ ਦੀ ਜਿਹੜੀ ਜਵਾਨੀ ਹੈ ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾਈਏ ਕਿ ਜਿਹੜੇ ਲੀਡਰ ਨੇ ਉਹ ਜਿਹੜੇ ਹੈਗੇ ਨੇ ਕਹਿਣ ਦਾ ਕੀ ਨੇ। ਹੁਣ ਅਗਲੇ ਲੀਡਰ ਨਾਲ ਤੁਸੀਂ ਗੱਲ ਕਰੋ, ਕਿਹੜੇ ਲੀਡਰ ਨੇ? ਬਿਲਕੁਲ, ਅੱਜ ਜਿਹੜਾ ਵਿਸ਼ੇਸ਼ ਤੌਰ 'ਤੇ ਜਲੰਧਰ ਵਿਖੇ ਮੀਟਿੰਗ ਰੱਖੀ ਗਈ ਹੈ, ਜਿਹਦੇ ਵਿੱਚ ਸਾਰੇ ਜਿਹੜੇ ਟਕਸਾਲੀ ਲੀਡਰ ਸਾਹਿਬਾਨ ਸੀ ਉਹ ਇਕੱਠੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਸੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਅਖੜਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਰੱਖੜਾ ਸਾਹਿਬ, ਜਿਹੜੀ ਅੱਜ ਮੀਟਿੰਗ ਹੋਈ ਹੈ ਜਿਹਦੇ ਵਿੱਚ ਅੱਜ ਸਾਰੇ ਜਿਹੜੇ ਟਕਸਾਲੀ ਨੇ ਉਹ ਇਕੱਠੇ ਹੋਏ ਨੇ, ਕੀ ਫੈਸਲਾ ਕੀ ਲਿਆ ਗਿਆ? ਦੇਖੋ ਜੀ, ਇਹੀ ਫੈਸਲਾ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਵਾਨ ਜ਼ਬਤ ਹੋ ਗਈ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਜੀ, ਤੇ ਇਹਦਾ ਕੀ ਕਾਰਨ ਹੈ, ਕੀ ਰੀਜਨ ਹੈ, ਕੀ ਆਪਣੇ ਚ ਕਮੀਆਂ ਨੇ ਉਹ ਦੂਰ ਕਰਨ ਦੇ ਲਈ ਅੱਜ ਇਹ ਮੀਟਿੰਗ ਹੋਈ। ਸਾਰਿਆਂ ਨੇ ਡਿਸਕਸ ਕੀਤਾ ਕਿ ਵੀ ਆਪਾਂ ਨੂੰ ਲੋਕ ਕਿਉਂ ਟੁੱਟੇ, ਇਹ ਹਾਲਾਤ ਨਹੀਂ ਹੋਏ ਕਿ ਪਾਰਟੀ ਦੀ ਜਵਾਨ ਜ਼ਬਤ ਹੋ ਜਾਵੇ। ਕੈਂਡੀਡੇਟਾਂ ਦੀ ਕਈ ਵਾਰ ਜਵਾਨ ਜ਼ਬਤ ਹੋ ਜਾਂਦੀ ਹੈ, ਪਰ ਪਾਰਟੀ ਦੀ ਪਹਿਲੀ ਵਾਰੀ ਹੋਈ ਹੈ। ਪਹਿਲਾਂ ਇੱਕ ਵਾਰੀ ਜਦੋਂ ਮਾਨ ਸਾਹਿਬ ਜਿੱਤੇ ਨੇ ਉਦੋਂ ਵੀ ਇਹੀ ਹਾਲਾਤ ਹੋ ਗਏ ਸੀਗੇ, ਪਰ ਉਦੋਂ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ, ਪੰਥ ਨੂੰ ਨਹੀਂ ਗਈ ਕਿਸੇ ਹੋਰ ਪਾਸੇ ਚਲੀ ਗਈ। ਸੋ ਉਹਦੇ ਡਿਸਕਸ ਦੇ ਲਈ ਬੈਠ ਕੇ ਸਾਰਿਆਂ ਨੇ ਫੈਸਲਾ ਕੀਤਾ ਵੀ ਆਪਾਂ ਨੂੰ ਘੋਖਣਾ ਕਰਨੀ ਚਾਹੀਦੀ ਹੈ, ਇਸਤੀਫਾ ਦੇਣਾ ਚਾਹੀਦਾ। ਕੀ ਇਹ ਵੀ ਜਿਹੜਾ ਤੁਸੀਂ ਵੀ ਜਿਹੜਾ ਇਸਦੇ ਜ਼ਿਕਰ ਕੀਤਾ ਗਿਆ ਸੀ ਕੋਈ, ਜਾਂ ਸਾਰਿਆਂ ਨੇ ਕੀਤਾ ਕੋਈ ਇਸਦਾ ਜ਼ਿਕਰ?
ਦੇਖੋ ਇਹ ਤਾਂ ਹੁਣ ਸਾਰੇ ਲੋਕ ਹੀ ਕਹਿ ਰਹੇ ਨੇ ਨਾ ਕਿ ਜੋ ਤਿੰਨ ਚਾਰ ਚਾਰ ਇਲੈਕਸ਼ਨ ਹੋ ਗਏ ਆ, ਅਸੀਂ ਥੱਲੇ ਥੱਲੇ ਜਾ ਰਹੇ ਹਾਂ, ਥੱਲੇ ਥੱਲੇ ਜਾ ਰਹੇ ਹਾਂ, ਜੇ ਆਪਾਂ ਕੋਈ ਚੇਂਜ ਲਿਆਈਏ ਜਾਂ ਹੋਰ ਕਰੀਏ, ਇਹ ਤਾਂ ਸਾਰੀ ਦੁਨੀਆਂ ਚਾਹੁੰਦੀ ਹੈ। ਲੋਕਾਂ ਦੀ ਸਾਡੀ ਕਹਿਣ ਦੀ ਗੱਲ ਹੀ ਨੀ, ਜਿੱਦਾਂ ਹੁਣ ਆਮ ਲੋਕ ਕਹਿਣ ਲੱਗ ਗਏ। ਅਸੀਂ ਬੇਨਤੀ ਕੀਤੀ ਸੀ ਉਹਨਾਂ ਨੂੰ ਇੱਕ ਵਾਰ ਜਾ ਕੇ ਕਿ ਆਪਾਂ ਹੁਣ ਉਹ ਕਰ ਲਈਏ, ਉਹ ਕਹਿੰਦੇ ਵੀ ਨਹੀਂ ਮੈਂ ਛੱਡਣਾ ਨੀ। ਤੇ ਰੱਖੜ ਸਾਹਿਬ, ਜਿਸ ਤਰ੍ਹਾਂ ਸਾਰਿਆਂ ਨੇ ਬੇਨਤੀ ਕੀਤੀ ਹੈ, ਸੁਖਬੀਰ ਸਿੰਘ ਬਾਦਲ ਦਾ ਹੁਣ ਵੀ ਬਿਆਨ ਆਇਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕਹਿੰਦੇ ਇਹਨਾਂ ਸਾਰਾ ਬੀਜੇਪੀ ਕਰਵਾ ਰਹੀ ਹੈ, ਬੀਜੇਪੀ ਦੇ ਹੱਥ ਚੜ੍ਹ ਗਏ, ਕਹਿੰਦੇ ਤਾਂ ਕਰਕੇ ਜਿਹੜਾ ਇਹਨਾਂ ਨੇ ਇਕੱਠੇ ਅੱਜ ਮੀਟਿੰਗ ਰੱਖੀ ਹੈ, ਇਹ ਸਾਰਾ ਬੀਜੇਪੀ ਦਾ ਕਾਰਾ ਕੀਤਾ ਹੋਇਆ। ਚਲੋ ਜੋ ਉਹ ਕਹਿੰਦੇ ਨੇ ਉਹਨਾਂ ਦੀ ਗੱਲ ਠੀਕ ਹੋਣੀ ਹੈ, ਬੀਜੇਪੀ ਨਾਲ ਤਾਂ ਉਹ ਅਲਾਇੰਸ ਵੀ ਕਰਦੇ ਸੀਗੇ, ਸਾਰਾ ਕੁਝ ਕਰਦੇ ਸੀਗੇ ਆਪਾਂ। ਇਹ ਦੇਖੋ ਇਹ ਅੱਜ ਉਹ ਗੱਲ ਕਹਿਣ ਉਹੀ ਬੰਦੇ ਨੇ ਜਿਹੜੇ ਉਹਦੇ ਨਾਲ ਸੀਗੇ, ਜਾਂ ਤਾਂ ਉਦੋਂ ਵੀ ਬੀਜੇਪੀ ਨਾਲ ਹੋਣਗੇ ਇਹ, ਜੇ ਉਹਨਾਂ ਦੇ ਨਾਲ ਆ ਫਿਰ ਅਸੀਂ ਅਕਾਲੀ ਦਲ ਚ ਹਾਂ, ਤੇ ਅਸੀਂ ਉਹਨਾਂ ਤੋਂ ਬਾਹਰ ਕੋਈ ਗੱਲ ਕਰਦੇ ਹਾਂ, ਚੜ੍ਹਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਗੱਲ ਕਰਦੇ ਹਾਂ, ਤਾਂ ਅਸੀਂ ਬੀਜੇਪੀ ਸਾਂ। ਸੋ ਇਹ ਗੱਲ ਹਮੇਸ਼ਾ ਸੋਚ ਕੇ ਕਰਨੀ ਚਾਹੀਦੀ ਹੈ, ਉਹ ਗੱਲਾਂ ਕਰਨੀ ਚਾਹੀਦੀਆਂ ਨੇ ਜਿਹੜੀਆਂ ਪਿੱਛੇ ਵਾਸਤੇ ਬੰਦੇ ਨੂੰ ਉਹ ਜੀ ਤਕਲੀਫ ਨਾ ਹੋਵੇ। ਕੱਲ ਕੀ ਗੱਲ ਕਹਿੰਦੇ ਸੀ, ਅੱਜ ਕੀ ਗੱਲ ਕਹਿੰਦੇ ਨੇ। ਰੱਖੜ ਸਾਹਿਬ, ਹੁਣ ਕਦੋਂ ਜਾ ਰਿਹਾ ਅਕਾਲ ਤਖ਼ਤ ਸਾਹਿਬ, ਜਿਹੜਾ ਤੁਸੀਂ ਮਾਫ਼ੀ ਮੰਗਣ ਦੇ ਲਈ ਕੋਈ ਪਲਾਨ ਤਿਆਰ ਕੀਤਾ ਵੀ ਕਿਹੜੇ ਕਿਹੜੇ ਲੀਡਰ ਸਾਹਿਬਾਂ ਜਾਣਗੇ ਤੇ ਅੱਗੇ ਮੋਢੀ ਕਿਹਨੂੰ ਬਣਾਇਆ ਗਿਆ? ਦੇਖੋ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰੀਏ ਵੀ ਸਾਰੇ ਜਾਣ, ਜਿਹੜਾ ਜਿਹੜਾ ਆਪਣਾ ਸਮਝਦਾ ਹੈ ਕਿ ਜਿਹਦੀ ਵੀ ਸਰਕਾਰ ਦੇ ਵਿੱਚ ਥੋੜੀ ਬਹੁਤ ਸ਼ਮੂਲੀਅਤ ਸੀਗੀ, ਚਾਹੇ ਪਤਾ ਸੀ ਜਾਂ ਨਾ ਪਤਾ ਸੀ, ਪਰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰ ਲਈ, ਬਾਕੀ ਮਰਜ਼ੀ ਹੈ ਸਾਰਿਆਂ ਨੂੰ ਜਿਹਨੇ ਜਿਹਨੇ ਜਾਣਾ ਹੋਊਗਾ। ਏਦਾਂ ਦੀ ਵੀ ਹੈ ਰੱਖਣਾ ਸਾਹਿਬ, ਲਾਸਟ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾਊਗੀ ਸਾਰੇ ਲੀਡਰ ਸਾਹਿਬਾਨਾਂ ਵੱਲੋਂ ਕਿ ਨਹੀਂ? ਅਸੀਂ ਤਾਂ ਕਈ ਵਾਰੀ ਬੇਨਤੀ ਕਰ ਲਈ ਜੀ, ਕਈ ਵਾਰੀ ਬੇਨਤੀ ਕਰ ਲਈ। ਅੱਛਾ ਜੀ, ਚਲੋ ਠੀਕ ਹੈ ਜੀ, ਧੰਨਵਾਦ ਜੀ, ਬਹੁਤ ਧੰਨਵਾਦ। ਤੇ ਬਿਲਕੁਲ ਦੇਖੋ, ਸੁਖਜੀਤ ਸਿੰਘ ਰੱਖੜਾ ਨਾਲ ਆਪਾਂ ਗੱਲਬਾਤ ਕੀਤੀ ਹੈ, ਉਹ ਵੀ ਬਾਗੀ ਧੜੇ ਚ ਨੇ, ਆਪਾਂ ਉਹਨਾਂ ਦਾ ਨਾਮ ਲੈਣਾ ਭੁੱਲ ਗਏ, ਉਹ ਵੀ ਬਾਗੀ ਧੜੇ ਦੇ ਵਿੱਚ ਹੀ। ਰੁਪਾਲਾ ਜੀ, ਇੱਕ ਵਾਰ ਪਹਿਲੀ ਵਾਰ ਹੋਇਆ ਜਿਹੜਾ ਸੁਖਜੀਤ ਸਿੰਘ ਰੱਖੜਾ, ਵੈਸੇ ਤਾਂ ਕਦੇ ਵੀ ਉਹ ਸੁਖਜੀਤ ਸਿੰਘ ਰੱਖੜਾ ਜਿਹੜੇ ਕੱਲਾ ਰੱਖੜਾ ਪਰਿਵਾਰ ਨਹੀਂ, ਬਿਲਕੁਲ ਉਹਦੇ ਚ ਚੰਦੂਮਾਜਰਾ ਪਰਿਵਾਰ, ਚੰਦੂਮਾਜਰਾ ਪਰਿਵਾਰ, ਚਰਨਜੀਤ ਸਿੰਘ ਬਰਾੜ ਤੇ ਮਲੂਕਾ ਪਰਿਵਾਰ, ਤਲਵੰਡੀ ਪਰਿਵਾਰ, ਠੀਕ ਹੈ, ਕੈਰੋਂ ਪਰਿਵਾਰ, ਬਹੁਤ ਜਿਹੜੇ ਪਰਿਵਾਰ ਨੇ, ਸਟੋੜਾ ਪਰਿਵਾਰ ਜਿਹੜਾ ਆਪਾਂ ਨਾਮ ਭੁੱਲਣਾ ਭੁੱਲ ਗਏ, ਇਹ ਵੱਡੇ ਉਹ ਕਾਫੀ ਵੱਡੇ ਚਿਹਰੇ ਨੇ ਜਿਹੜੇ ਪਹਿਲੀ ਵਾਰ ਜਿਹੜੇ ਬਾਗੀ ਹੋਏ ਨੇ। ਰੁਪਾਲਾ, ਜਿਸ ਤਰ੍ਹਾਂ ਅਕਾਲੀ ਦਲ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਅਕਾਲੀ ਦਲ ਜਿਹੜਾ ਦੋ ਫਾੜ ਹੁੰਦਾ ਨਜ਼ਰ ਆ ਰਿਹਾ, ਇਹਦੇ ਪਿੱਛੇ ਕਾਰਨ ਕੀ ਨੇ, ਵਜ੍ਹਾ ਕੀ ਹੈ? ਥੋੜ੍ਹਾ ਆਪਾਂ ਜੇ ਪਿੱਛੇ ਝਾਤ ਮਾਰੀਏ, ਅਕਾਲੀ ਦਲ ਦਾ ਇਤਿਹਾਸ ਕੀ ਸੀ, ਕਿਉਂ ਅਜਿਹੀ ਜਿਹੜੀ ਹੈ ਸਥਿਤੀ ਜਿਹੜੀ ਹੈ ਬਣੀ ਹੈ ਕਿ ਅਕਾਲੀ ਦਲ ਜਿਹੜਾ ਪਿੱਛੇ ਜਾਂਦਾ ਰਿਹਾ, ਗ੍ਰਾਫ ਗਿਰਦਾ ਰਿਹਾ? ਜੇਕਰ ਥੋੜ੍ਹਾ ਪਿੱਛੇ ਦੀ ਝਾਤ ਮਾਰੀਏ, ਥੋੜ੍ਹਾ ਦੱਸੋ ਵੀ ਹੁਣ ਅਜਿਹੀ ਸਥਿਤੀ ਬਣਨ ਦਾ ਕਾਰਨ ਕੀ ਹੈ? ਦੇਖੋ ਅਮਰਜੀਤ, ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਬਹੁਤ ਵੱਡਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਕੋਈ ਆਮ ਜਾਂ ਛੋਟੀ ਪਾਰਟੀ ਨਹੀਂ, ਠੀਕ ਹੈ, ਆਪਾਂ ਜਿਵੇਂ ਮਰਜ਼ੀ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ, ਅਕਾਲੀ ਦਲ ਖਤਮ ਹੋ ਗਿਆ, ਅਕਾਲੀ ਦਲ ਨੂੰ ਜੇਕਰ ਤਰੀਕੇ ਨਾਲ ਚਲਾਇਆ ਜਾਵੇ, ਅਕਾਲੀ ਦਲ ਖਤਮ ਹੋਇਆ ਨਹੀਂ, ਨਾ ਅਕਾਲੀ ਦਲ ਖਤਮ ਹੋ ਸਕਦਾ। ਦੇਖੋ ਇਹ ਗੱਲ ਆਪਾਂ ਦਾਅਵੇ ਨਾਲ ਇਸ ਕਰਕੇ ਕਹਿ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਪਿੰਡ ਪੱਧਰ ਤੇ, ਵਾਰਡ ਪੱਧਰ ਤੇ, ਇੱਕ ਮਹੱਲਾ ਗਲੀ ਪੱਧਰ ਤੇ ਕਿੰਨਾ ਵੱਡਾ ਕੇਡਰ ਹੈ ਅਕਾਲੀ ਦਲ ਦਾ ਕਿ ਜਿਹਨੂੰ ਸਿਰਫ ਸੰਭਾਲਣਾ ਔਖਾ ਹੈ। ਅਗਰ ਅਕਾਲੀ ਦਲ ਆਪਣੇ ਕੇਡਰ ਨੂੰ ਸੰਭਾਲ ਲਏ ਤਾਂ ਅੱਜ ਵੀ ਅਕਾਲੀ ਦਲ ਦੁਬਾਰੇ ਸੱਤਾ ਵੱਲ ਵੱਧ ਸਕਦਾ। ਇੱਕ ਟਾਈਮ ਸੀ ਜਦੋਂ ਜਥੇਦਾਰ ਕਲਚਰ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਚ, ਉਦੋਂ ਕੀ ਸੀਗਾ ਕਿ ਤੁਸੀਂ ਦੇਖਿਆ ਹੁਣ ਪਿੱਛੇ ਜੇ ਇੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇੱਕ ਬੜੀ ਗੱਲ ਚਰਚਾ ਚ ਰਹਿੰਦੀ ਹੁੰਦੀ ਸੀ ਕਿ ਪੰਜਾਬ ਦੇ ਥਾਣਿਆਂ ਤੇ ਜਥੇਦਾਰਾਂ ਦਾ ਕਬਜ਼ਾ ਹੈ। ਉਦੋਂ ਇਹ ਕਿਹਾ ਜਾਂਦਾ ਸੀ ਕਿ ਜੇਕਰ ਕਿਸੇ ਨੂੰ ਕੰਮ ਕਰਾਉਣਾ ਤਾਂ ਪੰਜਾਬ ਦੇ ਕਿਸੇ ਵੀ ਜਥੇਦਾਰ ਨੂੰ ਫੜੋ, ਤੁਹਾਡਾ ਕੰਮ ਹੋ ਜਾਏ। ਜਥੇਦਾਰ ਦੀ ਤੂਤੀ ਬੋਲਦੀ ਸੀ, ਬਿਲਕੁਲ। ਦੇਖੋ ਜੇ ਇੱਕੋ ਕਹਿੰਦੇ ਸੀ ਥਾਣੇਦਾਰ ਕੰਮ ਨਹੀਂ ਕਰ ਰਿਹਾ
ਉੱਥੇ ਜਥੇਦਾਰ ਕੰਮ ਕਰ ਰਿਹਾ। ਇਹ ਗੱਲ ਜਿਹੜੀ ਹੈਗੀ ਆਮ ਹੀ ਲੋਕਾਂ ਜਿਹੜੀ ਚਰਚ ਪ੍ਰਚਲਿਤ ਹੋ ਗਈ ਸੀ। ਉਸ ਤੋਂ ਕੀ ਸੀਗਾ ਕਿ ਜਥੇਦਾਰ ਦਾ ਭਾਵ ਇਹ ਸੀ ਕਿ ਅਕਾਲੀ ਦਲ ਦੇ ਵਿੱਚ ਇੱਕ ਜਥੇਦਾਰ ਕਲਚਰ ਸੀ ਵੀ ਇਹ ਜ਼ਿਲ੍ਹਾ ਜਥੇਦਾਰ ਹੈ, ਇਹ ਦਿਹਾਤੀ ਜਥੇਦਾਰ ਹੈ, ਇਹ ਸ਼ਹਿਰੀ ਜਥੇਦਾਰ ਹੈ, ਇਹ ਸਾਡੇ ਪੰਜਾਬ ਦੇ ਜਥੇਦਾਰ ਨੇ। ਤੇ ਅਕਾਲੀ ਦਲ ਦੇ ਲਗਭਗ ਹਰ ਲੀਡਰ ਦੇ ਅੱਗੇ ਉਹਦੇ ਅੱਗੇ ਇੱਕ ਜਥੇਦਾਰ ਸ਼ਬਦ ਲੱਗਦਾ ਸੀ, ਜਾਨੀ ਕਿ ਨੀਲੀ ਦਸਤਾਰ ਬੰਨੀ ਹੁੰਦੀ ਸੀ, ਕੁਰਤਾ ਪਜਾਮਾ ਪਾਇਆ ਹੁੰਦਾ ਸੀ। ਦੇਖੋ ਦਸਤਾਰ ਚਿੱਟੀ ਹੋਵੇ, ਨੀਲੀ ਹੋਵੇ, ਪੀਲੀ ਹੋਵੇ, ਜਿਹੜੀ ਮਰਜ਼ੀ ਹੋਵੇ, ਪਰ ਉਹਨਾਂ ਦੇ ਦਾੜਾ ਪ੍ਰਕਾਸ਼ ਕਰ ਕੀਤਾ ਹੋਵੇ, ਚਿਹਰਾ ਬੰਨਿਆ ਹੋਵੇ। ਪਰ ਗੱਲ ਇਹ ਹੈ ਕਿ ਉਹ ਸਾਬਤ ਸੂਰਤ ਜਿਹੜਾ ਹੈਗੇ ਉਹ ਜਿਹੜੇ ਸ਼ਖਸੀਅਤ ਹੁੰਦੀ ਸੀ ਉਹਦੇ ਨਾਮ ਦੇ ਕੇ ਜਥੇਦਾਰ ਲੱਗਦਾ ਹੁੰਦਾ ਸੀਗਾ। ਆਪਾਂ ਪਟਿਆਲੇ ਦੀ ਗੱਲ ਲੈ ਲਓ ਤਾਂ ਪਟਿਆਲੇ ਦੇ ਵਿੱਚ ਇੱਕ ਨਾਮ ਚੱਲਦਾ ਸੀ ਕਿ ਜਥੇਦਾਰ ਮਨਮੋਹਨ ਸਿੰਘ ਬਜਾਜ, ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਜਥੇਦਾਰ ਫਲਾਣਾ ਸਿੰਘ, ਜਥੇਦਾਰ ਫਲਾਣਾ ਸਿੰਘ, ਉਹਦੇ ਇੱਕ ਨਾਮ ਹੈਗੇ ਕਿ ਜਥੇਦਾਰ ਲੱਗਦਾ ਹੁੰਦਾ ਸੀਗਾ। ਪਰ ਹੌਲੀ 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 ਅਕਾਲੀ ਦਲ ਦੇ ਉੱਥੋਂ ਤੱਕ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਕਾਕਾ ਕਲਚਰ ਪੈਦਾ ਹੋ ਗਿਆ। ਬਿਲਕੁਲ, ਜਥੇਦਾਰੀ ਖਤਮ ਹੋ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਕਾ ਕਲਚਰ ਪੈਦਾ ਹੋ ਗਿਆ। ਉਹ ਕਲਚਰ ਇਹੋ ਜਿਹਾ ਪੈਦਾ ਹੋ ਗਿਆ ਕਿ ਅਕਾਲੀ ਦਲ ਨੇ ਇਹ ਨਹੀਂ ਦੇਖਿਆ ਕਿ ਸਾਡਾ ਸਿਧਾਂਤ ਕੀ ਹੈ ਤੇ ਸਾਡੀ ਮਰਿਆਦਾ ਕੀ ਹੈ। ਅਕਾਲੀ ਦਲ ਨੇ ਕਿਸੇ ਵੀ, ਮੰਨ ਲਓ ਦਾੜੀ ਕੱਟੀ ਹੈ ਚਾਹੇ ਪੱਗ ਸਿਰ ਤੇ ਹੈ ਚਾਹੇ ਨਹੀਂ ਹੈ, ਜਦੋਂ ਜਿੱਥੇ ਜਥੇਦਾਰ ਨਾਮ ਲੱਗਦਾ ਸੀਗਾ ਵੀ ਇਹ ਜ਼ਿਲ੍ਹਾ ਜਥੇਦਾਰ ਹੈ, ਸ਼ਹਿਰੀ ਜਥੇਦਾਰ ਹੈ, ਜਹਤਿਆਤੀ ਜਥੇਦਾਰ ਆ, ਉਹਨੂੰ ਪ੍ਰਧਾਨ ਦੇ ਵਿੱਚ ਕਨਵਰਟ ਕਰ, ਜਾਨਕੀ ਜਥੇਦਾਰ ਦੀ ਬੜੀ ਜਿਹੜੀ ਵੱਡੀ ਅਹਿਮੀਅਤ ਹੁੰਦੀ ਸੀ। ਬਿਲਕੁਲ ਬਿਲਕੁਲ, ਇੱਕ ਵੱਡਾ ਨਾਮ ਹੁੰਦਾ ਸੀ, ਇੱਕ ਵੱਡੀ ਅਹਿਮੀਅਤ ਹੁੰਦਾ ਸੀ, ਇੱਕ ਵੱਡਾ ਚਿਹਰਾ ਹੁੰਦਾ ਸੀਗਾ ਜਥੇਦਾਰ। ਲੋਕ ਜਥੇਦਾਰ ਦੇ ਨਾਮ ਤੋਂ ਜਿਹੜੀ ਅਫਸਰਸ਼ਾਹੀ ਹੈ, ਦੇਖੋ ਇੱਕ ਸਮਾਂ ਸੀਗਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜਥੇਦਾਰ ਦੇ ਨਾਮ ਤੋਂ ਜਿਹੜੀ ਅਫਸਰਸ਼ਾਹੀ ਉਹ ਕੰਬਦੀ ਸੀ ਉਸ ਸਮੇਂ। ਉਸ ਤੋਂ ਬਾਅਦ ਅਕਾਲੀ ਦਲ ਹੌਲੀ ਹੌਲੀ ਜਥੇਦਾਰ ਕਲਚਰ ਤੋਂ ਕਾਕਾ ਕਲਚਰ ਤੇ ਆ ਗਿਆ। ਸਿਰਫ ਕੀ ਹੁੰਦਾ ਸੀ, ਤੁਹਾਡੇ ਕੋਲ ਇੱਕ ਚਿੱਟਾ ਕੁਰਤਾ ਪਜਾਮਾ ਚਾਹੀਦਾ, ਤੁਹਾਡੇ ਸਿਰ ਤੇ ਪੱਗ ਹੈਗੀ ਹੈ ਚਾਹੇ ਨਹੀਂ ਹੈਗੀ, ਤੁਹਾਡੇ ਦਾੜੀ ਕੱਟੀ ਹੈ ਚਾਹੇ ਨਹੀਂ, ਉਹ ਕਿਸੇ ਕੋਈ ਮਤਲਬ ਨਹੀਂ ਸੀਗਾ। ਅਕਾਲੀ ਦਲ ਇੱਥੋਂ ਤੱਕ ਆ ਗਿਆ ਸੀ। ਦੇਖੋ ਇਹ ਗੱਲ ਨਹੀਂ ਹੈਗੀ ਕਿ ਜੇਕਰ ਤੁਸੀਂ ਮੰਨ ਲਓ ਵਾਲ ਕੱਟੇ ਹੋਏ ਆ, ਇੱਕ ਅਗਰ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ ਤਾਂ ਉਹ ਤੁਹਾਡਾ ਕਲਚਰ ਆ, ਉਹਦੇ 'ਤੇ ਕੋਈ ਟਿੱਪਣੀ ਨਹੀਂ। ਅਗਰ ਤੁਸੀਂ ਇੱਕ ਅਕਾਲੀ ਦਲ ਦੇ ਜਥੇਦਾਰ ਪਰਿਵਾਰ 'ਚੋਂ ਆ ਰਹੇ ਹੋ, ਇੱਕ ਜਥੇਦਾਰ ਪਰਿਵਾਰ 'ਚੋਂ ਆ ਰਹੇ ਹੋ ਅਤੇ ਤੁਸੀਂ ਦਾੜੀ ਕਟਾਤੀ ਅਤੇ ਤੁਸੀਂ ਸਿਰ 'ਤੇ ਪੱਗ ਨਹੀਂ ਰੱਖੀ, ਦਸਤਾਰ ਨਹੀਂ ਸਜਾ ਰਹੇ ਅਤੇ ਤੁਹਾਨੂੰ ਅਕਾਲੀ ਦਲ ਨੇ ਚੇਅਰਮੈਨ ਬਣਾਤਾ, ਤੁਹਾਨੂੰ ਅਕਾਲੀ ਦਲ ਨੇ ਪ੍ਰਧਾਨ ਬਣਾਤਾ, ਤੁਹਾਨੂੰ ਅਕਾਲੀ ਦਲ ਨੇ ਜ਼ਿਲ੍ਹਾ ਜਥੇਦਾਰ ਬਣਾਤਾ, ਤਾਂ ਉੱਥੋਂ ਅਕਾਲੀ ਦਲ ਦੇ ਜਿਹੜੇ ਜਥੇਦਾਰ ਸੀਗੇ, ਜਿਹੜੇ ਵੱਡੇ ਲੀਡਰ ਸੀਗੇ, ਉਹਦੇ 'ਚ ਆਪਾਂ ਚਾਰ ਕੁ ਨਾਮ ਜਿਹੜੇ ਹੈਗੇ ਆ ਉਹਦੇ 'ਤੇ ਆਪਾਂ ਜਿਹੜੀ ਗੱਲਬਾਤ ਕਰਾਂਗੇ। ਅਤੇ ਅਮਰਜੀਤ ਇੱਕ ਹੋਰ ਨਾਮ ਹੁੰਦਾ ਸੀਗਾ, ਡਾਕਟਰ ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਅਤੇ ਇਹ ਜਿਹੇ ਤਮਾਮ ਵੱਡੇ ਲੀਡਰ ਹੁੰਦੇ ਸੀਗੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਦੋਂ ਜਦੋਂ ਮੁੱਖ ਮੰਤਰੀ ਹੁੰਦੇ ਸੀ, ਕਿਸੇ ਅਫਸਰ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਇਹ ਪੂਰੀ ਟੀਮ ਦੇ ਪੁੱਛੇ ਤੋਂ ਬਿਨਾਂ ਸੀਐਮ ਦੇ ਅੰਦਰ ਜਾਵਣ। ਠੀਕ ਹੈ, ਇਹਨਾਂ ਦਾ ਪੂਰਾ ਜਿਹੜਾ ਬਾਲਾ ਪੂਰਾ ਬਾਲਾ ਗੱਲਬਾਤ ਹੁੰਦਾ ਸੀਗਾ, ਪੂਰੀ ਸਲਾਹਕਾਰ ਕਮੇਟੀ ਹੁੰਦੀ ਸੀ, ਇਹ ਵੱਡੇ ਲੀਡਰ ਹੁੰਦੇ ਸੀਗੇ ਅਕਾਲੀ ਦਲ ਦੇ ਉਸ ਟਾਈਮ। ਇਹਨਾਂ ਤੋਂ ਬਿਨਾਂ ਪੱਤਾ ਨਹੀਂ ਹਿਲਦਾ ਸੀਗਾ ਅਤੇ ਅਕਾਲੀ ਦਲ ਨੇ ਸਰਵਾਈਵ ਵੀ ਕੀਤਾ, ਨੋ ਡਾਊਟ, ਅਕਾਲੀ ਦਲ ਦੀਆਂ ਕਈ ਵਾਰ ਰਿਪੀਟ ਵੀ ਸਰਕਾਰ ਕੀਤੀ ਹੈ। ਅਤੇ ਜਦੋਂ ਤੋਂ ਅਕਾਲੀ ਦਲ ਇਹਨਾਂ ਸਿਧਾਂਤਾਂ ਤੋਂ ਥਿਰਕਿਆ ਅਤੇ ਅਕਾਲੀ ਦਲ ਕਾਕਾ ਕਲਚਰ ਵੱਲ ਵਧਿਆ, ਤੇ ਹੌਲੀ ਹੌਲੀ ਅਕਾਲੀ ਦਲ ਦਾ ਜਿਹੜਾ ਪਤਨ ਸ਼ੁਰੂ ਹੋ ਗਿਆ। ਅਤੇ ਅੱਜ ਅਕਾਲੀ ਦਲ ਦੇ ਹਾਲਾਤ ਇਹ ਹੋ ਗਏ ਕਿ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਜਿਹੜਾ ਵੋਟ ਬੈਂਕ ਹੈ, ਇੱਕ ਸਰਕਾਰ ਬਣਨ ਤੋਂ ਸ਼ੁਰੂ ਹੋ ਕੇ ਅਤੇ ਇੱਕੋ ਸਿਰਫ 13-14% 'ਤੇ ਜਿਹੜਾ ਅਕਾਲੀ ਦਲ ਦਾ ਉਹ ਵੋਟ ਬੈਂਕ ਆ ਗਿਆ। ਹੁਣ ਅਕਾਲੀ ਦਲ ਕਰੇਗਾ ਕੀ? ਆਪਾਂ ਨੂੰ ਜ਼ਿਆਦਾਤਰ ਜਿਹੜੀ, ਖਾਸ ਕਰਕੇ ਆਪਾਂ ਲੀਡਰਾਂ ਦੀ ਜਿਹੜੀ ਜਵਾਨੀ ਹੈ, ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾਈਏ ਕਿ ਜਿਹੜੇ ਲੀਡਰ ਨੇ ਉਹ ਜਿਹੜੇ ਹੈਗੇ ਨੇ ਕਹਿਣ ਦਾ ਕੀ ਨੇ। ਹੁਣ ਅਗਲੇ ਲੀਡਰ ਨਾਲ ਤੁਸੀਂ ਗੱਲ ਕਰੋ, ਕਿਹੜੇ ਲੀਡਰ ਨੇ? ਮੇਰੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ। ਭੁੰਦੜ ਸਾਹਿਬ, ਤੁਹਾਡਾ ਸਵਾਗਤ ਹੈ ਜੀ।
ਬਹੁਤ ਧੰਨਵਾਦ ਤੁਹਾਡਾ। ਸਹਿਬੂਦਰ ਸਾਹਿਬ, ਜਿਹੜੀ ਅੱਜ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਮੇਨ ਫੈਸਲਾ ਹੋਇਆ ਕੀ ਹੈ ਜੀ? ਮੇਨ ਫੈਸਲਾ ਹੋਇਆ ਕਿ ਜੀ ਜਿਹੜੀ ਇਹ ਤਾਕਤਾਂ ਕੁਛ, ਪਹਿਲੀ ਗੱਲ ਤਾਂ ਹੈ ਕਿ ਤੁਹਾਨੂੰ ਮੈਂ ਹਿਸਟੋਰੀਕਲੀ ਇੱਕ ਪੁਆਇੰਟ ਕਹਿਣਾ ਚਾਹਾਂਗਾ, ਸਾਰੀ ਉਹਦੇ ਚ ਕਵਰ ਹੋਈ ਜੀ ਜੀ, ਕਿ ਜਿਹੜਾ ਸਿੱਖ ਇਸ ਧਰਮੇ ਦੇ ਥੱਲੇ ਹੈਗੀ ਪਾਰਟੀ ਅਕਾਲੀ ਦਲ ਜੀ। ਜੇ ਸਿੱਖ ਧਰਮ ਕਮਜ਼ੋਰ ਹੁੰਦਾ ਅਕਾਲੀ ਦਲ ਕਮਜ਼ੋਰ ਹੁੰਦਾ ਤਾਂ ਧਰਮ ਹੈ, ਜੇ ਧਰਮ ਹੈ ਤਾਂ ਅਕਾਲੀ ਦਲ ਵੀ ਹੈ, ਦੋਨੇ ਚੀਜ਼ਾਂ ਜੀ। ਦਿੱਲੀ ਜਿਸ ਦਿਨ ਤੋਂ ਸਿੱਖ ਧਰਮ ਪੈਦਾ ਹੋਇਆ ਗੁਰੂ ਨਾਨਕ ਦੇਵ ਜੀ ਤੋਂ, ਦਿੱਲੀ ਉਸੇ ਦਿਨ ਤੋਂ ਇਸ ਨੂੰ ਦਬਾਉਣ ਲੱਗੀ ਹੈ, ਭਾਵੇਂ ਰਾਜੀਵ ਆਇਆ, ਭਾਵੇਂ ਅੰਗਰੇਜ਼ ਆਏ, ਭਾਵੇਂ ਕਾਂਗਰਸ ਆਈ ਤੇ ਭਾਵੇਂ ਹੁਣ ਇਹ ਨੇ। ਇਸ ਕਰਕੇ ਉਸ ਪਾਲਸੀ ਦੇ ਥੱਲੇ ਜੇ ਤਾਂ ਅਸੀਂ ਚਾਰ ਵੋਟਾਂ ਪਿੱਛੇ ਲੜਨਾ ਹੋਵੇ ਤਾਂ ਦਿੱਲੀ ਤਿਆਰ ਹੈ ਕਿ ਸਾਡੀ ਭੁਗਤ ਚਾਹ ਲਓ। ਜੇ ਅਸੀਂ ਇੰਡੀਪੈਂਡੈਂਟ ਲੜਦੇ ਹਾਂ ਤਾਂ ਦਿੱਲੀ ਹਮੇਸ਼ਾ ਸਾਡੀ ਵਿਰੋਧੀ ਰਹੀ ਹੈ। ਗੱਲ ਇਹ ਕਿ ਜਿਹੜਾ ਬਾਗੀ ਧੜਾ ਹੈਗਾ, ਬਾਗੀ ਧੜਾ ਗੱਲ ਇਹ ਕਹਿ ਰਿਹਾ ਕਿ ਅਕਾਲੀ ਦਲ ਅੱਜ ਸਿਧਾਂਤਾਂ ਤੇ ਨਹੀਂ ਖੜਾ, ਸਿਧਾਂਤਾਂ ਤੋਂ ਥਿਰਕ ਗਿਆ, ਇਸ ਕਰਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਜਿਹੜਾ ਉਹਨਾਂ ਨੂੰ ਪੁੱਛੋ ਸਿਧਾਂਤਾਂ ਤੇ, ਜਿਹੜਾ ਅਸੀਂ ਪਹਿਲਾਂ ਯੂਨੈਨੀਮਸਲੀ ਫੈਸਲਾ ਲਿਆ ਕਿ ਅਸੀਂ ਦਿੱਲੀ ਦਾ ਸਮਝੌਤਾ ਨਹੀਂ ਕੀਤਾ, ਉਹ ਇਹਨਾਂ ਸਿਧਾਂਤਾਂ ਕਰਕੇ ਨਹੀਂ ਕੀਤਾ ਕਿ ਅਸੀਂ ਸਿਧਾਂਤ ਛਿੜਕਦੇ ਸੀਗੇ, ਤੇ ਇਹ ਜਿਹੜੇ ਬੰਦੇ ਅੱਜ ਬੋਲਦੇ ਨੇ, ਬੰਦੇ ਉਸ ਵੇਲੇ ਹੱਕ ਸੀਗੇ, ਉਹਦੇ ਹੱਕ 'ਚ ਉਹ ਤੇ ਬੋਲੀ ਉਹੀ ਬੋਲੀ ਜਾ ਰਹੀ ਹੈ। ਇਸ ਕਰਕੇ ਮੈਂ ਨਹੀਂ ਕਹਿਣਾ ਚਾਹੁੰਦਾ ਇਹ ਮਤਾ ਲਿਖਣ ਵਾਲੇ ਤਾਂ ਚਾਹੁੰਦੇ ਸੀ ਸਮਝੌਤਾ ਹੋ ਜਾਵੇ ਤੇ ਵੋਟਾਂ ਪੈਣ ਜੇ ਸਾਡਾ ਸਿਧਾਂਤ ਕਿਧਰੇ ਜਾਵੇ, ਇਸ ਕਰਕੇ ਇਹ ਤਾਂ ਲੋਕ ਦੱਸਣਗੇ। ਇੱਕ ਮਿੰਟ, ਜੇ ਸਿਧਾਂਤ ਤੇ ਲੜਨਾ ਚਾਹੁੰਦੇ ਆਓ ਕਿ ਵਿੱਚ ਆ ਕੇ ਲੜਨਾ ਜੀ। ਤੁਸੀਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹੋ, ਕੀ ਜਿਹੜੇ ਬਾਗੀ ਨੇ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਏਗਾ ਹੁਣ? ਕਾਰਵਾਈ ਹੋਊਗੀ? ਮੈਂ ਕਿਸੇ ਨੂੰ ਬਾਗੀ ਨਹੀਂ ਕਹਿੰਦਾ, ਮੈਂ ਕਿਸੇ ਨੂੰ ਕੱਢਣ ਦੀ ਗੱਲ ਨਹੀਂ ਕਰਦਾ। ਮੈਂ ਪੁੱਛਦਾ ਕਿ ਪਾਰਟੀ ਕਹਿੰਦੇ ਆਓ ਅੰਦਰ ਬਹਿ ਕੇ ਡਿਸੀਜਨ ਕਰੋ, ਪਰ ਉਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ। ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪਾਰਟੀ 'ਚ ਗੱਲ ਰੱਖੀ ਹੈ ਪਰ ਸੁਣਵਾਈ ਨਹੀਂ ਹੁੰਦੀ। ਚੰਦੂ ਮਹਿਰਾ ਸਾਹਿਬ ਕਹਿ ਰਹੇ ਹੈ ਕਿ ਅਸੀਂ ਪ੍ਰਧਾਨ ਜੀ ਨੂੰ ਚਾਰ ਵਾਰ ਕਹਿ ਚੁੱਕੇ ਹਾਂ ਪਰ ਸਾਡੀ ਗੱਲ ਨਹੀਂ ਸੁਣਦੇ। ਇੱਕ ਸੁਣੋ, ਇੱਕ ਟੱਬਰ ਹੈ, ਇੱਕ ਦੇਸ਼ ਹੈ, ਸੂਬਾ ਇੱਕ ਦੇਸ਼ ਹੈ, ਇੱਕ ਜਾਂ ਇੱਕ ਦਫ਼ਤਰ ਹੈ ਲਾ ਲਓ ਡੀਸੀ ਦਾ, ਕੀ ਕਦੇ ਉਸ ਦਫ਼ਤਰ ਦੇ ਉੱਤੇ ਹੁੰਦਾ ਜਾਂ ਉਸ ਦੇਸ਼ 'ਚ ਹੁੰਦਾ ਕਿ ਇੱਕ ਬੰਦਾ ਜੋ ਗੱਲ ਕਹਿੰਦੇ ਉਹ ਮੰਨੀ ਜਾਵੇ? ਪ੍ਰਧਾਨ ਮੰਤਰੀ ਨੇ ਜੇ ਦੋ ਬੰਦੇ ਕਹਿਣ ਅਸੀਂ ਲਾਉਣਾ ਹੈ ਤੇ ਪ੍ਰਧਾਨ ਮੰਤਰੀ ਇੱਕ ਪ੍ਰਧਾਨ ਬਣਿਆ ਹੋਇਆ ਵੋਟਾਂ ਨੇ, ਐਮ ਪੀ ਹੈ 500, ਜੇ ਵੱਧ ਵੋਟਾਂ ਪੈਣਗੀਆਂ ਤਾਂ ਹੀ ਲਊਗਾ ਨਾ, ਇਹੀ ਅਕਾਲੀ ਦਾ ਪ੍ਰਧਾਨ ਹੈ। ਇਹੀ ਅੱਗੇ ਪਾਰਟੀਆਂ ਦੇ ਫੈਸਲੇ, ਜਦੋਂ ਅਸੀਂ ਘਰ ਦਾ ਫੈਸਲਾ ਕਰਦੇ ਹਾਂ ਟੱਬਰ ਬੈਠਦੇ ਹਾਂ ਤਾਂ ਦੋ ਬੱਚੇ ਕਹਿੰਦੇ ਨਹੀਂ ਆਏ ਨਹੀਂ, ਬਾਪੂ ਆਏ ਹਾਂ, ਬਾਪੂ ਕਹਿੰਦਾ ਕਈ ਵਾਰੀ, ਮੁੰਡੇ ਕਹਿੰਦੇ ਬਾਪੂ ਆ ਗੱਲ ਠੀਕ ਹੋ ਗਿਆ, ਬਾਪੂ ਕਹਿੰਦਾ ਠੀਕ ਹੈ, ਕਈ ਵਾਰੀ ਮੁੰਡੇ ਕਹਿੰਦੇ ਬਾਪੂ ਤੂੰ ਠੀਕ ਹੈ, ਬਿਲਕੁਲ ਬਿਲਕੁਲ। ਕਦੇ ਸਾਰਾ ਟੱਬਰ ਇਹ ਹੈ ਕਿ ਇੱਕ ਬੰਦਾ ਕਹੇ ਮੈਂ ਤਾਂ ਜਿਹੜਾ ਕਹਿਤਾ ਮੈਂ ਤਾਂ ਬਣਾਊਂਗਾ, ਬਾਪੂ ਨੇ ਮੈਂ ਤਾਂ ਦੇਖ ਲਿਆ ਘਰ ਤੋੜਦਾ। ਇਹੀ ਜੇ ਦੇਸ਼ 'ਚ ਕਹਿ ਦਿਓ, ਇਹੀ ਪਾਰਟੀ 'ਚ ਕਹਿ ਦਿਓ, ਪਾਰਟੀ ਜੋ ਗੱਲ ਕਹਿਣੀ ਹੈ ਜਾਂ ਤਾਂ ਉਹ ਜਨਰਲੀ ਮਸਲੀ ਵੀ ਹੁੰਦਾ ਜਾਂ ਮੈਜੋਰਟੀ ਹੁੰਦਾ। ਠੀਕ ਹੈ, ਲਾਸਟ ਆਖਰੀ ਵਾਰ ਆਖਰੀ ਸਵਾਲ ਹੈ, ਕੀ ਹੁਣ ਇਹਨਾਂ ਨੂੰ ਮਨਾਉਣ ਲਈ ਕੋਈ ਕੋਸ਼ਿਸ਼ ਕੀਤੀ ਜਾਏਗੀ, ਕੋਈ ਮੀਟਿੰਗ ਦਾ ਸੱਦਾ ਦਿੱਤਾ ਜਾਏਗਾ? ਜਦੋਂ ਅਸੀਂ ਨਾਰਾਜ਼ ਹੀ ਨਹੀਂ ਕੀਤੇ, ਅਸੀਂ ਰੋਕੇ ਹੀ ਨਹੀਂ ਆਉਂਦੇ ਨੂੰ ਮੀਟਿੰਗ 'ਚ, ਚਾਰ ਦਿਨ ਪਹਿਲਾਂ ਤਾਂ ਬਹਿ ਕੇ ਗਏ ਕੋਰ ਕਮੇਟੀ ਦੀ ਮੀਟਿੰਗ 'ਚ, 7 ਘੰਟੇ ਮੀਟਿੰਗ ਹੋਈ ਹੈ, ਨਾ ਅਸੀਂ ਕੋਈ ਇਹ ਕਿਹਾ ਵੀ ਅਸੀਂ ਕੱਢਤੇ, ਅਤੇ ਜੇ ਅਸੀਂ ਕੌੜਾ ਨਹੀਂ ਬੋਲੇ, ਗੱਲ ਦਾ ਜਵਾਬ ਨਹੀਂ ਦਿੱਤਾ, ਫਿਰ ਮੈਨੂੰ ਜੇ ਤੁਸੀਂ ਕਹਿ ਰਹੇ ਹੋ ਡਿਸਿਪਲਿਨ ਕਮੇਟੀ ਹੈ, ਮੈਂ ਕਹਿ ਰਿਹਾ ਕਿ ਕੋਈ ਇਸ਼ੂ ਹੀ ਨਹੀਂ। ਇਹ ਦੱਸੋ ਫਿਰ ਅਸੀਂ ਮਨਾਉਣ ਤਾਂ ਜਾਂਦੇ ਹਾਂ, ਜੇ ਕੋਈ ਬੰਦਾ ਕਹੇ ਕਿ ਜੀ ਅਸੀਂ ਇਹਨੂੰ ਰਸਾ ਤਾਂ ਗਾਲ ਕੱਢੀ ਹੈ, ਜੇ ਗਾਲ ਹੀ ਨਹੀਂ ਕੱਢੀ ਤਾਂ ਮਤਲਬ ਬੜੀ ਆਖਿਆ ਉਸ ਤੈਨੂੰ ਕੱਢੀ ਸੀ, ਭਾਈ ਮਾਫੀ ਦੇ। ਠੀਕ ਹੈ, ਧੰਨਵਾਦ ਸਾਹਿਬ, ਧੰਨਵਾਦ। ਅਮਰ ਜੀ, ਦੇਖੋ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਧੜਾ, ਆਪਾਂ ਪਹਿਲੇ ਗੱਲਬਾਤ ਕੀਤੀ ਹੈ ਕਿ ਉਹ ਵੀ ਦੇਖੋ ਹੁਣ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ, ਅਕਾਲੀ ਦਲ ਜਾਏਗਾ ਕਿਤੇ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ। ਮਾਣਾ ਜੇ ਆਪਾਂ ਪਿੱਛੇ ਥੋੜੀ ਚਾਤ ਹੋਰ ਮਾਰੀਏ, ਕਿਉਂਕਿ ਜਿਹੜਾ ਬੇਦਬੀਆਂ ਦਾ ਇਸ਼ੂ ਛਿੜਿਆ ਜਾਂ ਹੋਰ ਡੇਰਾ ਮੁਖੀ ਨੂੰ ਜਿਹੜਾ ਮਾਫੀ ਦਿੱਤੀ ਹੈ, ਇਹ ਵੀ ਜਿਹੜਾ ਕਿਤੇ ਨਾ ਕਿਤੇ ਦਾ ਫੈਕਟ ਹੈ, ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਪਿਆ। ਹਾਂ ਨਹੀਂ, ਦੇਖੋ ਅਕਾਲੀ ਦਲ ਦੇ ਸਮੇਂ ਬਹੁਤ ਕਾਂਡ ਹੋਇਆ, ਅਕਾਲੀ ਦਲ ਨੇ ਮੁਕਾਬਲਾ ਵੀ ਕੀਤਾ। ਜੇਕਰ ਆਪਾਂ ਸਿਰਫ 2 ਮਿੰਟ ਝਾਤ ਮਾਰ ਲਈਏ, ਇੱਕ ਨਿਰੰਕਾਰੀ ਕਾਂਡ ਹੋਇਆ ਸੀ,
ਉਦੋਂ ਵੀ ਅਕਾਲੀ ਦਲ ਸਰਕਾਰ ਸੀ। ਉਸ ਤੋਂ ਬਾਅਦ ਬਾਅਦ 'ਚ ਇੱਕ 97 ਦੇ ਵਿੱਚ 97 ਦੇ ਵਿੱਚ ਜਾ ਕੇ ਵੀ ਜਿਹੜਾ 97 ਦੇ ਵਿੱਚ ਬਾਬਾ ਭਨਿਆਰਿਆਂ ਵਾਲਾ ਉਹ ਸਮਿਆਂ ਦੇ ਦੌਰਾਨ ਜਿਹੜਾ ਉਹ ਵੀ ਸਿੱਖ ਕੌਮ ਨਾਲ ਬੜਾ ਵੱਡਾ ਮਜ਼ਾਕ ਹੋਇਆ ਸੀ, ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ। ਉਸ ਤੋਂ ਬਾਅਦ ਇੱਕ ਡੇਰਾ ਮੁਖੀ ਜਿਹੜੇ ਰਾਮ ਰਹੀਮ, ਜਦੋਂ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਇੱਕ ਸਵਾਂਗ ਰਚਿਆ ਸੀ, ਉਦੋਂ ਵੀ ਅਕਾਲੀ ਦਲ ਦੀ ਸਰਕਾਰ, ਜਦੋਂ ਮਾਫੀ ਦਿੱਤੀ ਗਈ ਸੀ, ਬਿਲਕੁਲ ਮਾਫੀ ਬਾਅਦ 'ਚ ਦਿੱਤੀ ਹੈ, ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ। ਜਦੋਂ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਹੋਈ। ਇਹ ਅਕਾਲੀ ਦਲ ਦੀ ਇੱਕ ਮਾੜੀ ਕਿਸਮਤ ਹੈ ਕਿ ਜਦੋਂ ਜਦੋਂ ਸਿੱਖਾਂ ਦੇ ਖਿਲਾਫ, ਖਾਸ ਕਰਕੇ ਜਿਹੜੀ ਸਿੱਖ ਕੌਮ ਨਾਲ ਸੰਬੰਧਿਤ ਜਦੋਂ ਜਦੋਂ ਇਹੋ ਜਿਹੇ ਵੱਡੇ ਕਾਂਡ ਹੋਏ ਤਾਂ ਉਸ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ, ਯਾਨੀ ਕਿ ਪੰਥਕ ਸਰਕਾਰ ਹੋਵੇ, ਪੰਥਕ ਜਿਹੜਾ ਇਸ਼ੂ ਹੋ ਤਾਂ ਕਿਤੇ ਨਾ ਕਿਤੇ ਜਿਹੜਾ ਫੈਕਟ ਦਾ ਪਿਆ। ਬਿਲਕੁਲ, ਦੇਖੋ ਫੈਕਟ ਤਾਂ ਪੈਣਾ ਹੀ ਪੈਣਾ। ਅੱਜ ਤੁਸੀਂ ਆ ਕੇ 13% ਤੇ ਆ ਗਏ ਤੇ ਅੱਜ ਤੁਹਾਡੇ ਲੀਡਰ ਬਗਾਵਤ ਕਰਕੇ, ਲੀਡਰ ਬਗਾਵਤ ਇਸ ਕਰਕੇ ਕਰ ਰਹੇ ਆ, ਲੀਡਰ ਇਹ ਗੱਲ ਕਹਿ ਰਹੇ ਆ। ਉਸ ਦਿਨ ਚਰਨਜੀਤ ਸਿੰਘ ਬਰਾੜ ਨੇ ਵੀ ਇਹ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਜੀ, ਤੁਸੀਂ ਹੁਣ ਤੱਕ ਅਕਾਲੀ ਦਲ ਨੂੰ ਆਪਣੇ ਮੁਤਾਬਕ ਚਲਾਇਆ, ਬਿਲਕੁਲ, ਤੇ ਹੁਣ ਤੁਸੀਂ 2-3 ਮਹੀਨੇ ਦੇ ਦਿਓ ਕਿ ਅਕਾਲੀ ਦਲ ਨੂੰ ਵਰਕਰ ਮੁਤਾਬਕ ਚਲਾਓ, ਵਰਕਰ ਲੀਡਰਾਂ ਮੁਤਾਬਕ ਚਲਾਓ, ਜੋ ਆਮ ਲੋਕ ਕਹਿੰਦੇ ਨੇ ਉਹਦੇ ਮੁਤਾਬਕ ਚਲਾਓ, ਤਾਂ ਹੋ ਸਕਦਾ ਅਕਾਲੀ ਦਲ ਸਰਵਾਈਵ ਕਰ ਜੇ। ਤੁਸੀਂ ਚਲਾ ਕੇ ਤਾਂ ਦੇਖੋ ਨਾ। ਉਹ ਬਿਲਕੁਲ, ਲੀਡਰ ਸਾਹਿਬਾਨ ਵੀ ਇਹ ਗੱਲ ਕਹਿ ਰਹੇ ਨੇ ਵੀ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਵੀ ਸਾਡੇ ਨਾਲ ਆ ਜਾਓ ਵੀ ਜੇਕਰ ਅਕਾਲੀ ਦਲ ਨੂੰ ਬਚਾਉਣਾ। ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਸੋਚ ਕੀ ਹੋਵੇਗੀ? ਇਹ ਵੀ ਕਿਤੇ ਕਿਤੇ ਮੰਥਨ ਤਾਂ ਕਰਨ ਦੇ ਵਿੱਚ ਮੰਥਕ ਮੰਥਨ ਤੁਹਾਨੂੰ ਕਰਨਾ ਪੈਣਾ। ਤੁਸੀਂ ਜਦੋਂ ਇੱਕ ਪੰਥਕ ਏਜੰਡੇ ਤੋਂ ਖੇਡ ਗਏ, ਪੰਜਾਬ ਦੇ ਵਿੱਚੋਂ 2 ਪੰਥਕ ਉਮੀਦਵਾਰ ਜਿੱਤ ਗਏ, ਤੇ ਜੇਕਰ ਤੁਹਾਡੇ ਕੋਲੇ ਪੰਥਕ ਏਜੰਡਾ ਹੁੰਦਾ ਤਾਂ ਹੋ ਸਕਦਾ ਤੁਸੀਂ 4-5 ਸੀਟਾਂ ਲੈ ਜਾਂਦੇ। ਬਿਲਕੁਲ ਬਿਲਕੁਲ, ਠੀਕ ਹੈ ਨਾ, ਹੋ ਸਕਦਾ ਤੁਹਾਡੇ ਕੋਲ 4-5 ਸੀਟਾਂ ਲੈ ਜਾਂਦੇ। ਲੀਡਰ ਕਹਿ ਰਹੇ ਪੰਥਕ ਇਸ਼ੂ ਜਿਹੜਾ ਕਿ ਤੁਸੀਂ ਬਿਲਕੁਲ ਗੱਲ ਦੇਖੋ, ਸਾਰੇ ਲੀਡਰ ਆ ਕੇ ਉੱਥੇ ਪੰਥਕ ਤੇ ਖੜ ਗਏ ਕਿ ਪੰਥਕ ਜਿਹੜਾ ਏਜੰਡਾ ਤੁਹਾਡਾ ਉਹ ਖਤਮ ਹੋ ਗਿਆ। ਫਿਰ ਤੁਸੀਂ ਕਿਰਦਾਰ ਕੁਸ਼ੀ ਦੇ ਅੱਗੇ ਕਰ ਗਏ, ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੀ ਕਿਰਦਾਰ ਕੁਸ਼ੀ ਦੇ ਕਰਨ ਲੱਗ ਗਏ ਤੇ ਤੁਸੀਂ ਕੀ ਕੀਤਾ? ਬਿਲਕੁਲ, ਪਿਛਲੇ ਦਿਨ ਇੱਕ ਤੁਹਾਡੇ ਯਾਦ ਹੋਣਾ ਕਿ ਚਰਨਜੀਤ ਸਿੰਘ ਬਰਾੜ ਦੇ ਖਿਲਾਫ ਕਿਸੇ ਨੇ ਬਾਹਰੋਂ ਇੱਕ ਪੋਸਟ ਪਾਈ ਸੀ, ਪੋਸਟ ਪਾਈ ਸੀ, ਤੇ ਉਸ ਤੋਂ ਬਾਅਦ ਇੱਕ ਉਹਨਾਂ ਨੇ ਨਾਮ ਲਿਆ ਬੰਟੀ ਰੁਮਾਣਾ, ਤੇ ਬੰਟੀ ਰੁਮਾਣਾ ਨੇ ਵੀ ਕੀ ਕਿਹਾ ਉਹ ਸਾਰਿਆਂ ਨੇ ਸੁਣਿਆ ਹੀ ਆ, ਠੀਕ ਹੈ, ਵੀ ਬੰਟੀ ਰੁਮਾਣਾ ਕੀ ਕਹਿੰਦੇ ਨਜ਼ਰ ਆਏ। ਉਹ ਤਾਂ ਇੱਥੋਂ ਤੱਕ ਉਹਨਾਂ ਨੇ ਕਹਿਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਬਾਦਲ ਸਾਹਿਬ ਜੇ ਤੁਸੀਂ ਘੱਟੋ ਘੱਟ ਦਫ਼ਤਰ ਦੀਆਂ ਚਾਬੀਆਂ ਦਿੰਦੇ ਤਾਂ ਕਿਸੇ ਚੰਗੇ ਬੰਦੇ ਨਾਲ ਦੇਣੀਆਂ ਸੀ, ਬੰਦੇ ਦਾ ਪਿਛੋਕੜ ਤਾਂ ਦੇਖ ਲੈਂਦੇ, ਇੱਕ ਘੜੂਕਾ ਚਲਾਉਣ ਵਾਲੇ ਬੰਦੇ ਨੂੰ ਤੁਸੀਂ ਦਫ਼ਤਰ ਦੀਆਂ ਚਾਬੀਆਂ ਦੇ ਦਿੱਤੀਆਂ, ਤਾਂ ਉਸ ਤੋਂ ਬਾਅਦ ਕਿਰਦਾਰ ਕੁਸ਼ੀ ਹੋਈ। ਉਸ ਤੋਂ ਬਾਅਦ ਫਿਰ ਚਰਨਜੀਤ ਸਿੰਘ ਬਰਾੜ ਨੇ ਕੀ ਜਵਾਬ ਦਿੱਤਾ? ਉਹਨਾਂ ਨੇ ਵੀ ਫਿਰ ਅੱਗੇ ਠੋਕਵਾਂ ਜਵਾਬ ਦਿੱਤਾ ਚਰਨ ਸਿੰਘ ਬਰਾੜ ਨੇ। ਚਰਨਜੀਤ ਬਰਾੜ ਇਹ ਗੱਲ ਕਹਿ ਰਿਹਾ ਕਿ ਮੈਂ ਇੱਕ ਖਾਨਦਾਨ 'ਚੋਂ ਆਇਆ, ਠੀਕ ਹੈ, ਅਤੇ ਤੁਸੀਂ ਮੇਰਾ ਖਾਨਦਾਨ ਦੇਖੋ ਕੀ ਹੈ, ਅਤੇ ਮੈਂ ਤੁਹਾਨੂੰ ਜਾਣਦਾ ਰੇਤਾ ਬਜਰੀ ਦੇ ਪੈਸੇ ਕੌਣ ਲੈਂਦਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਬਾਹਰ ਭੇਜਣ ਦੇ ਖੁੱਲ੍ਹੇ ਜਿਹੜਾ ਖੁਲਾਸੇ ਹੋਣ, ਉਹੀ ਕਹਿ ਰਿਹਾ ਕਿ ਉਹ ਅਕਾਲੀ ਦਲ ਜਿਹੜਾ ਜੇਕਰ ਕੋਈ ਰੁੱਸ ਵੀ ਜਾਂਦਾ ਸੀ ਲੀਡਰ, ਜੇ ਵੱਡੇ ਲੀਡਰ ਜਿਹੜੇ ਪੁਰਾਣੇ ਦੀ ਆਪਾਂ ਗੱਲ ਕੀਤੀ ਹੈ, ਜਿਹੜੇ ਆਪਾਂ 4-5 ਨਾਮ ਲਏ ਆ, ਜੇ ਕੋਈ ਲੀਡਰ ਬਾਗੀ ਤੱਕ ਅੱਜ ਤੱਕ ਹੋਏ ਨਹੀਂ ਸੀ, ਇਹ ਬਾਗੀ ਕਲਚਰ ਕੁਝ ਦੇਰ ਤੋਂ ਹੀ ਵਧਿਆ। ਬਿਲਕੁਲ, ਜੇਕਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਤਾਂ ਬੜੇ ਜਲਦੀ ਬਾਗੀ, ਉਹਨਾਂ ਨੂੰ ਬੁਲਾਉਣ ਦਾ ਬਿਠਾਉਣ ਦਾ ਟਿਕਾਉਣ ਦਾ ਤਰੀਕਾ ਸੀ, ਪਰ ਕਿਸੇ ਨੇ ਕਿਰਦਾਰ ਕੁਛ ਨਹੀਂ ਕੀਤੀ ਸੀ। ਪਰ ਅਕਾਲੀ ਦਲ ਤਾਂ ਇੱਥੋਂ ਤੱਕ ਆ ਗਿਆ ਕਿ ਲੀਡਰ ਕਿਰਦਾਰ ਕੁਛ ਕਰਨ ਲੱਗੇ ਇੱਕ ਦੂਜੇ ਦੀ, ਕਿ ਤੁਸੀਂ ਉਹਨਾਂ ਦੇ ਉੱਪਰ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਜਨਤਕ ਤੌਰ ਦੇ ਉੱਪਰ ਆ ਗਏ ਵੀ ਐਵੇਂ ਕਰਦਾ ਐਵੇਂ ਕਰਦਾ ਐਵੇਂ ਕਰਦਾ। ਇਸ ਕਰਕੇ ਅਮਰਜੀਤ ਗੱਲ ਇਹ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਵਾਕਈ ਸਿਧਾਂਤਾਂ ਤੋਂ ਥਿੜਕ ਗਿਆ। ਦੁਬਾਰਾ ਇਹਨਾਂ ਨੂੰ ਸਿਧਾਂਤ, ਠੀਕ ਹੈ ਕਿ ਅੱਜ ਅਕਾਲੀ ਦਲ ਦੇ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਆ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੇ, ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ? ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸਾਨੂੰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਅਸਤੀਫਾ ਹੁਣ ਦੇ ਦਿੰਦੇ ਹਾਂ, ਠੀਕ ਹੈ, ਪਰ ਕਹਿੰਦੇ ਨਹੀਂ, ਸਾਰੇ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ ਕਿਹਾ ਵੀ ਨਹੀਂ, ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ,
ਪਾਰਟੀ ਤੁਹਾਡੇ ਅਧੀਨ ਹੀ ਕੰਮ ਕਰੇਗੀ ਤੇ ਤੁਹਾਡੇ ਵਿਸ਼ਵਾਸ ਹੇਠ ਕੰਮ ਕਰਕੇ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਵਾਂਗੇ। ਹੁਣ ਇਹ ਤਾਂ ਮੀਟਿੰਗ ਦੇ ਅੰਦਰਲੀ ਗੱਲ ਹੈ ਨਾ, ਮੀਟਿੰਗ ਦੇ ਅੰਦਰਲੀ ਗੱਲ ਹੈ, ਪਰ ਉਹ ਕਹਿੰਦੇ ਵੀ ਜਿਹੜੇ ਬਾਅਦ ਚ ਅੰਦਰ 90 ਬੈਠੇ ਆ ਤੇ ਬਾਹਰ 12 ਬੰਦੇ ਬੈਠੇ ਨੇ, ਉਹ ਕਹਿੰਦੇ 90 ਸਹੀ ਨੇ ਕਿ ਬਾਹਰ 12 ਸਹੀ ਨੇ? ਬਿਲਕੁਲ ਠੀਕ ਹੈ। ਇਸ ਕਰਕੇ ਗੱਲ ਇਹ ਹੈ ਵੀ ਅਕਾਲੀ ਦਲ ਵਾਕਈ ਸਿਧਾਂਤਾਂ ਨੂੰ ਦੇਖੋ ਕਿਤੇ ਨਾ ਕਿਤੇ ਥਿੜਕਿਆ ਤਾਂ ਹੈ, ਇਹ ਤਾਂ ਗੱਲ ਮੰਨਣੀ ਪਊਗੀ, ਅਕਾਲੀ ਦਲ ਨੂੰ ਵੀ ਮੰਨਣੀ ਪਊਗੀ ਤੇ ਭਾਰਤੀ ਪ੍ਰਧਾਨ ਨੂੰ ਵੀ ਮੰਨਣੀ ਪਊਗੀ ਕਿ ਅਕਾਲੀ ਦਲ ਨੂੰ ਹੁਣ ਆਪਾਂ ਦੁਬਾਰਾ ਉਸੇ ਪਲੇਟਫਾਰਮ ਦੇ ਉੱਪਰ ਲਿਜਾ ਕੇ ਕਿਵੇਂ ਖੜਾ ਸਕਦੇ ਹਾਂ। ਪਰ ਖੜਾਉਣਗੇ ਨਹੀਂ ਖੜਾਉਣਗੇ, ਸਮਾਂ ਆਏਗਾ, ਟਾਈਮ ਆਏਗਾ, ਕਦੋਂ ਆਏਗਾ, ਠੀਕ ਹੈ, ਇਹ ਹਲੇ ਲੰਬੇ ਸਮੇਂ ਦੀ ਗੱਲ ਆ। ਪਰ ਇਹ ਹੈ ਵੀ ਇੱਕ ਵਾਰ ਅਕਾਲੀ ਦਲ ਦੇ ਵਿੱਚ ਪਹਿਲਾਂ ਦੇਖੋ, ਪਹਿਲਾਂ ਪਾਰਟੀਆਂ ਬਹੁਤ ਬਣੀਆਂ, ਅਮਰਜੀਤ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਪਹਿਲੀ ਵਾਰ ਪਾਰਟੀ ਬਣੀ ਹੈ। ਇੱਕ ਵਾਰ ਇਹੋ ਜਿਹਾ ਸਮਾਂ ਸੀਗਾ ਜਦੋਂ ਜਿਨ੍ਹਾਂ ਦੇ ਆਪਾਂ ਪਹਿਲਾਂ ਨਾਮ ਲਏ, ਡਾਕਟਰ ਰਤਨ ਸਿੰਘ ਅਜਨਾਲਾ ਜਾਂ ਜਿਹੜੇ ਹੋਰ ਸੇਵਾ ਸਿੰਘ ਸੇਖਵਾਂ ਜਿਹੜੇ ਦੂਜੇ ਸੀਗੇ, ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਪਾਰਟੀ ਬਣਾ ਲਈ, ਫਿਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਬਣਾ ਲਈ, ਇੱਕ ਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਇਹਨਾਂ ਨੇ ਪਾਰਟੀ ਬਣਾਈ ਸੀ, ਗੁਰਚਰਨ ਸਿੰਘ ਟੌੜਾ ਨੇ ਵੀ ਪਾਰਟੀ ਬਣਾਈ ਸੀ ਆਪਣੀ, ਪਰ ਅੱਜ ਤੱਕ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਾਰਟੀ ਬਣਾਈ ਸੀ, ਪਰ ਅੱਜ ਤੱਕ ਅਕਾਲੀ ਦਲ ਤੋਂ ਵੱਖ ਹੋ ਕੇ ਪਾਰਟੀ ਕੋਈ ਸਰਵਾਈਵ ਤਾਂ ਨਹੀਂ ਕਰੀ, ਚੱਲੀ ਤਾਂ ਨਹੀਂ ਹੈਗੀ। ਪਰ ਹੁਣ ਕੀ ਇਹ ਸਾਰੇ ਲੀਡਰ ਇਕੱਠੇ ਹੋ ਕੇ ਪਾਰਟੀ ਬਣਾਉਣਗੇ, ਜਾਂ ਅਕਾਲੀ ਦਲ ਨਾਲ ਸਮਝੌਤਾ ਕਰਨਗੇ, ਜਾਂ ਸੁਖਬੀਰ ਬਾਦਲ ਇਹਨਾਂ ਦੀ ਮੰਨਣਗੇ, ਜਾਂ ਬੈਠ ਕੇ ਪੰਚ ਪ੍ਰਧਾਨੀ ਦੇ ਸਮਝੌਤਾ ਹੋਊਗਾ, ਇਹ ਤਾਂ ਜਿਹੜਾ ਸਮਾਂ ਦੱਸੂਗਾ। ਪਰ ਇੱਕ ਵਾਰ ਇੱਕ ਗੱਲ ਜ਼ਰੂਰ ਹੈ, ਦੁਬਾਰਾ ਫਿਰ ਇਹੀ ਗੱਲ ਜ਼ਰੂਰ ਕਹਾਂਗੇ ਅਸੀਂ, ਮੰਥਨ ਦਾ ਬਿਲਕੁਲ ਮੰਥਨ ਦਾ ਸਮਾਂ ਹੈ, ਪਰ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਮਰਿਆ ਨਹੀਂ, ਅਕਾਲੀ ਦਲ ਦਾ ਪੰਜਾਬ ਦੇ ਵਿੱਚ ਆਪਾਂ ਪਾਰਟੀਆਂ ਦਾ ਨਾਮ ਨਹੀਂ ਲਵਾਂਗੇ, ਇੱਕ ਦੋ ਪਾਰਟੀਆਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਜ਼ਰੂਰ ਨੇ ਜਿਨ੍ਹਾਂ ਦਾ ਇੰਨਾ ਵੱਡਾ ਕੈਡਰ ਨਹੀਂ ਹੈਗਾ, ਜਿੰਨਾ ਕੈਡਰ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੈ ਪੰਜਾਬ ਦੇ ਵਿੱਚ, ਪਰ ਉਸ ਕੈਡਰ ਨੂੰ ਕੈਚ ਕਰਨ ਦੀ ਜਿਹੜੀ ਲੋੜ ਹੈ ਅਤੇ ਉਸ ਕੈਡਰ ਨੂੰ ਬਚਾਉਣ ਦੀ ਲੋੜ ਆ। ਅਗਰ ਸ਼੍ਰੋਮਣੀ ਅਕਾਲੀ ਦਲ ਬੈਠ ਕੇ ਮੰਥਨ ਕਰਕੇ, ਮੀਟਿੰਗ ਕਰਕੇ, ਲੀਡਰਾਂ ਦੀ ਮੰਨ ਕੇ, ਛੋਟੇ ਵੱਡੇ ਸਾਰਿਆਂ ਦੀ, ਅਗਰ ਉਸ ਵਰਕਰ ਨੂੰ, ਉਸ ਜਿਹੜਾ ਹੇਠਲਾ ਕੈਡਰ ਉਹਨੂੰ ਜਿਹੜੀ ਮਜ਼ਬੂਤ ਹੈ ਜਿਹੜਾ, ਅਗਰ ਉਹਨੂੰ ਕੈਸ਼ ਕਰ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਬਾਰਾ ਉਹ ਸਰਵਾਈਵ ਕਰੇਗਾ। ਠੀਕ ਹੈ ਬਾਲਾ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਮੰਥਨ ਕਰਕੇ ਕਿ ਜਿਹੜੇ ਬਾਗੀ ਲੀਡਰ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਇਹ ਸਾਰੇ ਇਕੱਠੇ ਹੋਣਗੇ, ਜਾਂ ਕਿਵੇਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਨੂੰ ਉੱਪਰ ਵਧਾਇਆ ਜਾਵੇਗਾ, ਇਹ ਵੀ ਅਸੀਂ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਤੁਹਾਨੂੰ ਜਿਹੜਾ ਜ਼ਿਕਰ ਕਰਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦੇ ਇਜਾਜ਼ਤ, ਧੰਨਵਾਦ।